ਹਾਂਜੀ, ਤਾਂ ਅੱਜ ਆਪਾਂ ਨੇ ਸਟਾਰਟ ਕਰਨਾ ਹੈਗਾ ਆਪਣਾ ਇੱਕ ਇੰਪੋਰਟੈਂਟ ਟੋਪਿਕ ਜਿਹਦਾ ਨਾਮ ਹੈਗਾ ਇੰਟਰਨੈਸ਼ਨਲ ਔਰਗਨਾਈਜੇਸ਼ਨ। ਇੰਟਰਨੈਸ਼ਨਲ ਔਰਗਨਾਈਜੇਸ਼ਨ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਆ ਪੇਪਰ ਦੇ ਵਿੱਚ ਫਰੇਮ ਹੈ ਜਿਹੜਾ ਉਹ ਹੁੰਦਾ ਹੈਗਾ, ਤਾਂ ਕੁਛ ਇੰਪੋਰਟੈਂਟ ਔਰਗਨਾਈਜੇਸ਼ਨ ਨੂੰ ਅੱਜ ਆਪਾਂ ਨੇ ਡਿਸਕਸ ਕਰਨਾ ਹੈਗਾ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਉਹ ਸਾਰੀ ਸੀਕੁਐਂਸ ਕਿੰਨਾ ਕਿੰਨਾ ਨੂੰ ਆਪਾਂ ਨੇ ਡਿਸਕਸ ਹੈ ਜਿਹੜਾ ਕਰਨਾ ਹੈਗਾ। ਤਾਂ ਉਹਦੇ ਵਿੱਚੋਂ ਜਿਹੜੀ ਸਭ ਤੋਂ ਪਹਿਲਾਂ ਆਪਾਂ ਅੱਜ ਡਿਸਕਸ ਕਰਾਂਗੇ ਉਹ ਹੈਗਾ ਆਪਣੇ ਪਾਸ ਵਰਲਡ ਬੈਂਕ। ਵਰਲਡ ਬੈਂਕ ਤੁਹਾਨੂੰ ਪਤਾ ਹੈ ਕਿ ਇੱਕ ਇੰਪੋਰਟੈਂਟ ਔਰਗਨਾਈਜੇਸ਼ਨ ਹੈਗੀ ਹੈ, ਠੀਕ ਹੈ ਜੀ। ਤਾਂ ਵਰਲਡ ਬੈਂਕ ਬਾਰੇ ਕੁਛ ਇੰਪੋਰਟੈਂਟ ਫੈਕਟਸ ਹੋ ਗਏ। IMF ਇਜ਼ ਆਲਸੋ ਅਨਦਰ ਇੰਪੋਰਟੈਂਟ ਬੋਡੀ ਹੈਗੀ ਹੈ ਆਪਣੇ ਓਵਰਆਲ ਅਗਰ ਸਿਸਟਮ ਦੀ ਗੱਲ ਕਰਾਂ ਮੈਂ, ਠੀਕ ਹੈ ਜੀ। ਇਸ ਤੋਂ ਬਿਨਾਂ ਹੋਰ ਆਪਾਂ ਇੱਕ ਨਾਟੋ ਵੀ ਤੁਹਾਨੂੰ ਪਤਾ ਹੈਗਾ ਕਿ ਨਿਊਜ਼ ਦੇ ਵਿੱਚ ਰਹੀ ਹੈਗੀ ਹੈ, ਠੀਕ ਹੈ, ਕੁਛ ਸਮ ਲਾਸਟ ਈਅਰਸ ਦੇ ਵਿੱਚ। ਇਸ ਤੋਂ ਬਿਨਾਂ ਅਨਦਰ ਜਿਹੜੀ ਬੋਡੀ ਹੈਗੀ ਹੈ ਉਹਦਾ ਨਾਮ ਹੈਗਾ FATF, ਨੂੰ ਅੱਜ ਆਪਾਂ ਨੇ ਡਿਸਕਸ ਹੈ ਜਿਹੜਾ ਕਰਨਾ ਹੈਗਾ, ਕਲੀਅਰ। ਅੱਛਾ, ਉਸ ਤੋਂ ਬਾਅਦ ILO ਨੂੰ ਅਸੀਂ ਸਪੈਸ਼ਲੀ ਡਿਸਕਸ ਕਰਾਂਗੇ ਕਿਉਂਕਿ ਤੁਹਾਡਾ ਲੇਬਰ ਇੰਸਪੈਕਟਰ ਦਾ ਪੇਪਰ ਹੈਗਾ, ਤਾਂ ILO ਇੱਕ ਇੰਪੋਰਟੈਂਟ ਹੈ ਬੋਡੀ ਹੋ ਜਾਂਦੀ ਹੈਗੀ ਹੈ, ਕਲੀਅਰ। ILO ਤੋਂ ਬਾਅਦ ਹੋਰ ਹੋ ਗਿਆ ਆਪਣਾ ਯੂਨੈਸਕੋ। ਯੂਨੈਸਕੋ ਦੀਆਂ ਸਾਈਟਸ ਨਿਊਜ਼ ਦੇ ਵਿੱਚ ਰਹਿੰਦੀਆਂ ਹੈਗੀਆਂ ਨੇ, ਤਾਂ ਯੂਨੈਸਕੋ ਬਾਰੇ ਵੀ ਆਪਾਂ ਇੰਪੋਰਟੈਂਟ ਫੈਕਟਸ ਨੇ ਜਿਹੜੇ ਡਿਸਕਸ ਕਰਾਂਗੇ। ਇਸ ਤੋਂ ਬਿਨਾਂ ਆਪਣੇ ਪਾਸ ਏਸ਼ੀਅਨ ਡਿਵੈਲਪਮੈਂਟ ਬੈਂਕ ਨਿਊਜ਼ ਦੇ ਵਿੱਚ ਰਹਿੰਦਾ ਹੈ, ਲਾਈਕ ਕਿਸੇ ਨੂੰ ਲੋਨ ਦੇਤਾ ਜਾਂ ਕੁਛ ਦੇਤਾ, ਤਾਂ ADB ਬਾਰੇ ਡਿਸਕਸ ਕਰਾਂਗੇ। ਐਂਡ ਦ ਲਾਸਟ ਵਨ ਇਜ਼ G7, ਗਰੁੱਪ ਆਫ 7 ਕੰਟਰੀਜ਼ ਨੂੰ ਵੀ ਆਪਾਂ ਨੇ ਡਿਸਕਸ ਕਰਨਾ ਹੈਗਾ, ਜਿਹਦੀ 2024 ਦੇ ਵਿੱਚ ਕੀ ਹੋਈ ਹੈ, ਰੀਸੈਂਟ ਮੀਟਿੰਗ ਹੈ ਜਿਹੜੀ ਉਹ ਕੰਡਕਟ ਹੋਈ ਹੈਗੀ ਹੈ, ਕਲੀਅਰ। ਤਾਂ ਇਹ ਆਪਣੀਆਂ ਟੋਟਲ 7 ਔਰਗਨਾਈਜੇਸ਼ਨ ਨੂੰ ਅੱਜ ਆਪਾਂ ਕੀ ਕਰਾਂਗੇ, 1x1 ਡਿਸਕਸ ਹੈ ਜਿਹੜਾ ਕਰਾਂਗੇ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਹੈਗੇ ਹਾਂ ਆਪਾਂ ਨੇ ਸਭ ਤੋਂ ਪਹਿਲਾਂ ਜਿਹੜੀ ਔਰਗਨਾਈਜੇਸ਼ਨ ਬਾਰੇ ਆਪਾਂ ਨੇ ਜਿਵੇਂ ਦੇਖ ਹੀ ਲਿਆ, ਆਪਾਂ ਨੇ ਵਰਲਡ ਬੈਂਕ ਬਾਰੇ ਕੀ ਕਰਨਾ ਹੈਗਾ, ਡਿਸਕਸ ਹੈ ਜਿਹੜਾ ਕਰਨਾ ਹੈਗਾ। ਦੇਖੋ, ਜਿਹੜਾ ਵਰਲਡ ਬੈਂਕ ਹੈ ਇਹਦੇ ਨਾਲ ਬੈਂਕ ਵਰਡ ਲੱਗਿਆ ਹੋਇਆ, ਬਟ ਐਕਚੁਅਲ ਦੇ ਵਿੱਚ ਇਹ ਐਕਚੁਅਲ ਬੈਂਕ ਨਹੀਂ ਹੈਗਾ। ਇਹਦੇ ਬਹੁਤ ਸਾਰੇ ਅਨਦਰ ਹੋਰ ਵੀ ਔਰਗਨਾਈਜੇਸ਼ਨਸ ਹੈਗੀਆਂ ਨੇ ਜਿਨ੍ਹਾਂ ਦਾ ਆਪਣਾ ਆਪਣਾ ਇੱਕ ਸਪੈਸ਼ਲ ਕੀ ਹੈਗਾ, ਫੰਕਸ਼ਨ ਹੈਗਾ, ਠੀਕ ਹੈ, ਉਹਨਾਂ ਨੂੰ ਆਪਾਂ ਦੇਖਾਂਗੇ। ਹੁਣ ਦੇਖੋ, ਪਹਿਲਾਂ ਤਾਂ ਫਾਊਂਡਿੰਗ ਈਅਰ ਆਪਾਂ ਨੂੰ ਪਤਾ ਹੋਣਾ ਚਾਹੀਦਾ, 1944 ਦੇ ਵਿੱਚ ਵਰਲਡ ਬੈਂਕ ਕੀ ਹੋਇਆ ਸੀਗਾ ਆਪਣੇ ਪਾਸ ਸਟਾਰਟ ਹੈ ਉਹ ਹੋਇਆ ਸੀਗਾ। ਔਰ ਇਹ ਬੇਸਿਕਲੀ ਜਦੋਂ ਬ੍ਰੈਟਨ ਵੁੱਡ ਕਾਨਫਰੰਸ ਹੋਈ ਸੀਗੀ, ਠੀਕ ਹੈ, ਬ੍ਰੈਟਨ ਵੁੱਡ ਕਾਨਫਰੰਸ ਦੀ ਆਊਟਕਮ ਸੀਗਾ ਆਪਣੇ ਪਾਸ ਵਰਲਡ ਬੈਂਕ। ਇਹ ਵਰਲਡ ਵਾਰ 2 ਤੋਂ ਬਾਅਦ ਬੇਸਿਕਲੀ ਇੱਕ ਕਾਨਫਰੰਸ ਹੋਈ ਸੀਗੀ USA ਦੇ ਵਿੱਚ, ਤਾਂ ਉਸ ਤੋਂ ਬਾਅਦ ਵਰਲਡ ਬੈਂਕ ਦਾ ਕੀ ਹੋਇਆ ਸੀਗਾ, ਮਤਲਬ ਸਟਾਰਟ ਹੈ ਜਿਹੜਾ ਹੋਇਆ ਸੀਗਾ। IMF ਜਿਹੜਾ ਆਪਾਂ ਨੇ ਇਸ ਤੋਂ ਬਾਅਦ ਪੜ੍ਹਨਾ ਹੈਗਾ, IMF ਵੀ ਵਰਲਡ ਬ੍ਰੈਟਨ ਵੁੱਡ ਦੀ ਹੀ ਕੀ ਹੈਗੀ ਹੈ, ਇੱਕ ਆਊਟਕਮ ਹੈਗੀ ਹੈ। ਤਾਂ ਇਹਨਾਂ ਦੋਨਾਂ ਨੂੰ ਸਮਟਾਈਮਸ ਬ੍ਰੈਟਨ ਵੁੱਡਸ ਟਵਿਨ ਬੋਲ ਦਿੱਤਾ ਜਾਂਦਾ। ਕਈ ਵਾਰ ਤੁਹਾਨੂੰ ਅਗਰ ਪੇਪਰ 'ਚ ਕੁਸ਼ਚਨ ਇਹ ਆਵੇ ਕਿ ਬ੍ਰੈਟਨ ਵੁੱਡ ਟਵਿਨਸ ਕਿਹੜੀਆਂ ਦੋ ਔਰਗਨਾਈਜੇਸ਼ਨ ਨੂੰ ਬੋਲਿਆ ਜਾਂਦਾ ਹੈਗਾ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕ ਵਰਲਡ ਬੈਂਕ ਐਂਡ ਸੈਕਿੰਡ ਵਨ ਇਜ਼ IMF, ਕਿਉਂਕਿ IMF ਵੀ ਕਿਹਦਾ ਆਊਟਕਮ ਹੈਗੀ ਹੈ, ਬ੍ਰੈਟਨ ਵੁੱਡ ਦਾ ਹੀ ਆਊਟਕਮ ਹੈ ਜਿਹੜੀ ਉਹ ਹੈਗੀ ਹੈ, ਕਲੀਅਰ। ਚਲੋ, ਅੱਛਾ, ਹੁਣ ਦੇਖੋ, ਜਦੋਂ ਵੀ ਆਪਾਂ ਨੇ ਕੋਈ ਵੀ ਇੰਟਰਨੈਸ਼ਨਲ ਔਰਗਨਾਈਜੇਸ਼ਨ ਨੂੰ ਪੜ੍ਹਨਾ ਹੁੰਦਾ ਹੈ, ਤਾਂ ਆਪਣਾ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੁੰਦੀ ਹੈ, ਆਪਾਂ ਨੇ ਜੋ ਦੇਖਣੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਕੀ ਇੰਡੀਆ ਇਸ ਦਾ ਮੈਂਬਰ ਹੈ ਜਾਂ ਫਿਰ ਨਹੀਂ ਹੈ, ਕਲੀਅਰ। ਤਾਂ ਇਹ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ, ਤਾਂ ਆਪਾਂ ਨੇ ਯਾਦ ਰੱਖਣਾ ਹੈਗਾ ਕਿ ਵਰਲਡ ਬੈਂਕ ਦੇ ਵਿੱਚ ਇੰਡੀਆ ਮੈਂਬਰ ਹੈਗਾ ਹੈ। ਹੁਣ ਇਹਦੇ ਅੱਗੇ ਫਰਦਰ ਕਾਫੀ ਸਾਰੇ ਕੰਪੋਨੈਂਟਸ ਨੇ, ਠੀਕ ਹੈ, ਉਹ ਆਪਾਂ ਡਿਸਕਸ ਕਰਦੇ ਹਾਂ। ਇਸ ਤੋਂ ਪਹਿਲਾਂ ਇਹ ਵੀ ਇੱਕ ਵਾਰ ਧਿਆਨ 'ਚ ਰੱਖ ਲਿਓ ਕਿ ਇਹਦੇ ਟੋਟਲ ਮੈਂਬਰ ਕਿੰਨੇ ਨੇ,
189 ਮੈਂਬਰ ਹੈਗੇ ਨੇ ਕਿਸ ਦੇ, ਵਰਲਡ ਬੈਂਕ ਦੇ। ਹਾਲਾਂਕਿ ਇਸ ਨੰਬਰ ਦੇ ਵਿੱਚੋਂ ਕੋਈ ਕੁਐਸਚਨ ਨਹੀਂ ਫਾਰਮ ਹੁੰਦਾ ਹੈਗਾ, ਬਟ ਆਪਾਂ ਨੂੰ ਥੋੜ੍ਹਾ ਜਿਹਾ ਧਿਆਨ 'ਚ ਹੋਣਾ ਚਾਹੀਦਾ ਕਿ ਟੋਟਲ ਜਿਹੜੇ ਮੈਂਬਰ ਕੰਟਰੀਜ਼ ਹੈਗੇ ਨੇ ਵਰਲਡ ਬੈਂਕ ਦੇ ਉਹ ਕਿੰਨੇ ਹੈਗੇ ਨੇ, 189। ਅੱਛਾ, ਫਿਰ ਇੱਕ ਫੇਵਰੇਟ ਕੁਐਸਚਨ ਹੈ ਜਿਹੜਾ ਆਉਂਦਾ ਹੀ ਆਉਂਦਾ ਹੁੰਦਾ, ਹੈੱਡਕੁਆਟਰ ਤਾਂ ਜਿਹੜਾ ਵਰਲਡ ਬੈਂਕ ਦਾ ਹੈੱਡਕੁਆਟਰ ਹੈਗਾ ਉਹ ਕਿੱਥੇ ਹੈਗਾ ਆਪਣੇ ਪਾਸ, ਵਾਸ਼ਿੰਗਟਨ ਡੀਸੀ ਦੇ ਵਿੱਚ ਇਹਦਾ ਹੈੱਡਕੁਆਟਰ ਹੈ ਜਿਹੜਾ ਹੈਗਾ ਹੈ। ਕਲੀਅਰ, ਹੁਣ ਆਪਾਂ ਅੱਗੇ ਚੱਲਦੇ ਹੈਗੇ। ਹੁਣ ਜਿਹੜੇ 6 ਆਪਾਂ ਨੇ ਅੱਗੇ ਮੇਜਰ ਇਹ ਕਹਿ ਲਓ ਕਿ ਅੱਗੇ ਦੇ ਕੰਪੋਨੈਂਟਸ ਨੇ ਉਹ ਕਿਹੜੇ ਕਿਹੜੇ ਨੇ। ਹੁਣ ਦੇਖੋ ਜਿਹੜੇ ਇਹਦੇ ਕੰਪੋਨੈਂਟਸ ਨੇ, ਇੱਕ ਤਾਂ ਉਹਦੇ ਵਿੱਚ ਹੈਗਾ IBRD, ਇੱਕ ਹੈਗਾ IDC, ਇੱਕ ਹੈਗਾ IFC, ਇੱਕ ਹੈਗਾ MIGA, ਇੱਕ ਹੈਗਾ ਆਪਣੇ ਪਾਸ ICSID। ਠੀਕ ਹੈ ਜੀ, ਇਹ ਟੋਟਲ 5 ਨੇ, ਨੋਟ 6। 5 ਇਹਦੇ ਮੇਜਰ ਕੀ ਹੈਗੇ ਨੇ ਅੱਗੇ, ਔਰਗਨਾਈਜੇਸ਼ਨ ਹੈਗੇ ਨੇ। ਹੁਣ ਇਹ ਜਿਹੜੀ ਵਰਲਡ ਬੈਂਕ ਹੈਗੀ ਹੈ, ਇਹ UN ਦੀ ਏਜੰਸੀ ਹੈਗੀ ਹੈ। ਇੱਕ ਇਹ ਵੀ ਚੀਜ਼ ਕੀ ਰੱਖਣੀ ਹੈਗੀ ਆਪਾਂ ਨੇ ਧਿਆਨ ਦੇ ਵਿੱਚ ਰੱਖਣੀ ਹੈਗੀ ਹੈ। ਜਿਹੜਾ IBRD ਹੈਗਾ ਇਹਦੀ ਫੁੱਲ ਫਾਰਮ ਕੀ ਹੈਗੀ ਆ, ਇੰਟਰਨੈਸ਼ਨਲ ਬੈਂਕ ਫੋਰ ਰੀਕੰਸਟਰਕਸ਼ਨ ਐਂਡ ਡਿਵੈਲਪਮੈਂਟ। ਇਹ ਇੱਕ ਇੰਟਰਨੈਸ਼ਨਲ ਲੈਵਲ 'ਤੇ ਬੈਂਕ ਹੈਗਾ ਜਿਹੜਾ ਰੀਕੰਸਟਰਕਸ਼ਨ ਔਰ ਡਿਵੈਲਪਮੈਂਟ ਦੇ ਲਈ ਕੀ ਕਰਦਾ ਹੈਗਾ, ਕੰਮ ਕਰਦਾ ਹੈਗਾ। ਮਤਲਬ ਜਿਹੜੀਆਂ ਇਹ ਮਿਡਲ ਇਨਕਮ ਕੰਟਰੀਜ਼ ਹੈਗੀਆਂ ਨੇ ਉਹਨਾਂ ਨੂੰ ਕੀ ਕਰਦਾ ਹੈਗਾ, ਲੋਨ ਵਗੈਰਾ ਪ੍ਰੋਵਾਈਡ ਕਰਦਾ ਹੈਗਾ IBRD। ਹੁਣ ਇਹ ਚੀਜ਼ ਯਾਦ ਰੱਖਣੀ ਹੈਗੀ ਹੈ ਕਿ ਇੰਡੀਆ ਕੀ ਹੈਗਾ, IBRD ਦਾ ਮੈਂਬਰ ਹੈਗਾ ਏ। ਇੰਡੀਆ ਇਹਦੇ ਵਿੱਚੋਂ ਸਾਰਿਆਂ ਦਾ ਹੀ ਮੈਂਬਰ ਹੈ, ਸਿਰਫ ICSID ਨੂੰ ਛੱਡ ਕੇ। ਕਲੀਅਰ, ਇਹ ਚੀਜ਼ ਯਾਦ ਰੱਖਣੀ ਆ, ICSID ਦਾ ਜਿਹੜਾ ਮੈਂਬਰ ਹੈ ਉਹ ਇੰਡੀਆ ਨਹੀਂ ਹੈਗਾ। ਅੱਛਾ, IDC ਕੀ ਹੈਗੀ ਹੈ, ਇੰਟਰਨੈਸ਼ਨਲ ਡਿਵੈਲਪਮੈਂਟ ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ। ਇਹ ਮਲਟੀਲੇਟਰਲ ਗਰੰਟੀ ਏਜੰਸੀ ਹੈ ਜਿਹੜੀ ਕਿ FDI ਨੂੰ ਪ੍ਰਮੋਟ ਕਰਦੀ ਹੈ। FDI ਸਮਝਦੇ ਹੋ ਨਾ, ਫੋਰਨ ਡਾਇਰੈਕਟ ਇਨਵੈਸਟਮੈਂਟ, ਜਦੋਂ ਕੋਈ ਦੂਸਰੀਆਂ ਫੋਰਨ ਕੰਟਰੀਜ਼ ਆ ਕੇ ਕਿਸੇ ਦੇਸ਼ ਦੇ ਵਿੱਚ ਡਾਇਰੈਕਟਲੀ ਇਨਵੈਸਟਮੈਂਟ ਕਰਦੀਆਂ ਹੈਗੀਆਂ ਨੇ, ਉਹਨਾਂ ਨੂੰ ਆਪਾਂ FDI ਬੋਲਦੇ ਹੈਗੇ ਆ। ਤਾਂ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਪ੍ਰਮੋਟ ਕਰਦਾ ਹੈਗਾ ਆਪਣਾ MIGA। ਹੁਣ ਇਹ ਕੀ ਬਲਾ ਹੈਗੀ ਆ, ICSID। ICSID ਕੀ ਹੈਗੀ ਆ, ਇਹ ਇੰਟਰਨੈਸ਼ਨਲ ਇੱਕ ਸੈਂਟਰ ਹੈਗਾ ਏ ਫੋਰ ਇਨਵੈਸਟਮੈਂਟ ਡਿਸਪਿਊਟਸ ਨੂੰ ਸੈਟਲਮੈਂਟ ਕਰਨ ਦੇ ਲਈ। ਹੁਣ ਇਹਦਾ ਕੀ ਮਤਲਬ ਹੈਗਾ, ਇਸਦਾ ਮਤਲਬ ਹੈਗਾ ਕਿ ਫੋਰ ਐਗਜ਼ਾਮਪਲ ਕੋਈ XYZ ਦੇਸ਼ ਹੈਗਾ, ਉਸਨੇ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾ ਕੇ ਇਨਵੈਸਟਮੈਂਟ ਕੀਤੀ, ਹੁਣ ਉਹਨਾਂ ਦੋਨਾਂ ਦਾ ਆਪਸ 'ਚ ਝਗੜਾ ਪੈ ਗਿਆ, ਚਾਹੇ ਪ੍ਰੋਫਿਟ ਨੂੰ ਲੈ ਕੇ ਜਾਂ ਕੋਈ ਟ੍ਰੀਟੀ ਨੂੰ ਲੈ ਕੇ, ਤਾਂ ਵਰਲਡ ਬੈਂਕ ਕੀ ਹੋਊਗਾ, ਇੱਕ ਇੰਟਰਮੀਡੀਏਟਰ ਰਹੇਗਾ ਜਾਂ ਬ੍ਰੋਕਰ ਰਹੇਗਾ ਜਿਹੜਾ ਕਿ ਉਹਨਾਂ ਦਾ ਡਿਸਪਿਊਟ ਸੈਟਲ ਕਰਵਾਉਣ ਦੇ ਵਿੱਚ ਰਿਸਪੋਂਸੀਬਲ ਰਹੇਗਾ। ਕਲੀਅਰ ਹੋਇਆ, ਤਾਂ ਇਹ ਚੀਜ਼ ਨੂੰ ਯਾਦ ਰੱਖਣੀ ਹੈਗੀ ਆ। IBRD ਹੋ ਗਿਆ, ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ ਹੋ ਗਿਆ, ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ ਹੋ ਗਿਆ, ਔਰ ਮਲਟੀਲੇਟਰਲ ਗਰੰਟੀ ਏਜੰਸੀ ਹੋ ਗਿਆ, ਔਰ ਇੰਟਰਨੈਸ਼ਨਲ ਸੈਂਟਰ ਫੋਰ ਸੈਟਲਮੈਂਟ ਆਫ ਇਨਵੈਸਟਮੈਂਟ ਡਿਸਪਿਊਟ। ਇਹ ਆਪਣੇ ਇੰਪੋਰਟੈਂਟ ਕੰਪੋਨੈਂਟਸ ਹੈਗੇ ਨੇ ਵਰਲਡ ਬੈਂਕ ਦੇ। ਕਈ ਵਾਰ ਉਹ ਸਿੱਧਾ ਹੀ ਪੁੱਛ ਲੈਂਦਾ ਕਿ ਦੱਸੋ ਇਹ ਦੇ ਦੂਗਾ, ਚਾਰ ਦੇ ਦੂਗਾ, ਇੱਕ ਵਿੱਚੋਂ ਨਹੀਂ ਹੋਊਗਾ, ਕਿ ਕਿਹੜਾ ਇਹਨਾਂ ਦੇ ਵਿੱਚੋਂ ਵਰਲਡ ਬੈਂਕ ਦਾ ਕੰਪੋਨੈਂਟ ਹੈ ਜਿਹੜਾ ਉਹ ਨਹੀਂ ਹੈਗਾ। ਕਲੀਅਰ ਹੋਇਆ, ਤਾਂ ਇਹ ਯਾਦ ਰੱਖਣਾ, ICSID ਇੰਡੀਆ ਇਸਦਾ ਮੈਂਬਰ ਨਹੀਂ ਹੈਗਾ। ਅੱਛਾ, ਹੁਣ ਇੱਕ ਚੀਜ਼ ਹੋਰ ਯਾਦ ਰੱਖਣੀ ਹੈਗੀ ਆ, ਇੰਪੋਰਟੈਂਟ ਹੈਗਾ ਹੈ ਕਿ ਅਗਰ ਕਿਸੇ ਵੀ ਕੰਟਰੀ ਨੇ ਵਰਲਡ ਬੈਂਕ ਦਾ ਮੈਂਬਰ ਬਣਨਾ ਹੈਗਾ, ਤਾਂ ਸਭ ਤੋਂ ਪਹਿਲਾਂ ਉਸਨੂੰ IMF ਦਾ ਮੈਂਬਰ ਹੈ ਜਿਹੜਾ ਉਹ ਬਣਨਾ ਪਏਗਾ। ਮਤਲਬ ਜਿਹੜਾ ਕੰਟਰੀ IMF ਦਾ ਮੈਂਬਰ ਕੰਟਰੀ ਹੈਗਾ ਉਹੀ ਵਰਲਡ ਬੈਂਕ ਦਾ ਮੈਂਬਰ ਬਣ ਸਕਦਾ, ਜਾਂ ਇਨ ਅਦਰ ਵਰਡਸ ਇਹ ਕਹਿ ਸਕਦੇ ਹਾਂ IBRD ਦਾ ਮੈਂਬਰ ਬਣਨ ਲਈ ਜੇ ਤੁਹਾਨੂੰ ਕੁਐਸਚਨ ਆਵੇ ਕਿ ਸਭ ਤੋਂ ਪਹਿਲਾਂ ਕਿਹਦਾ ਮੈਂਬਰ ਬਣਨ ਦੀ ਜ਼ਰੂਰਤ ਹੈ, ਤਾਂ ਪਹਿਲਾਂ IMF ਦਾ
ਮੈਂਬਰ ਬਣਨ ਦੀ ਜ਼ਰੂਰਤ ਹੈਗੀ ਆ। ਇਹ ਬੋਡੀ ਕੀ ਹੈਗੀ ਆ, ਇਹ ਮਿਡਲ ਇਨਕਮ ਕੰਟਰੀ, ਹੁਣ ਦੇਖੋ ਮਿਡਲ ਇੰਡੀਆ ਕੀ ਹੈਗਾ, ਇੱਕ ਮਿਡਲ ਇਨਕਮ ਕੰਟਰੀ ਦੇ ਵਿੱਚ ਆਉਂਦਾ, ਤਾਂ ਇੰਡੀਆ ਜਿੰਨੇ ਵੀ ਆਪਣੇ ਲੋਨ ਲੈਂਦਾ ਉਹ ਇਸ ਤੋਂ ਲੈਂਦਾ IBRD ਤੋਂ, ਠੀਕ ਹੈ। ਵੈਸੇ ਆਪਾਂ ਵਰਲਡ ਬੈਂਕ ਕਹਿ ਦਿੰਦੇ ਹਾਂ, ਪਰ ਵਰਲਡ ਬੈਂਕ ਦੇ ਵੀ ਅੱਗੇ ਕਾਫੀ ਸਾਰੇ ਕੀ ਹੈਗੇ ਨੇ, ਕੰਪੋਨੈਂਟਸ ਹੈਗੇ ਨੇ। ਕਲੀਅਰ ਹੋ ਗਿਆ ਸਾਰੇ ਕੰਪੋਨੈਂਟਸ ਦੇ ਬਾਰੇ। ਅੱਛਾ, ਹੁਣ ਕੁਛ ਦੇਖਦੇ ਹਾਂ ਕੁਛ ਇੰਪੋਰਟੈਂਟ ਰਿਪੋਰਟਸ ਜਿਹੜੀਆਂ ਕਿ ਵਰਲਡ ਬੈਂਕ ਪਬਲਿਸ਼ ਕਰਦਾ ਹੈ, ਜਿਹਦੇ ਵਿੱਚੋਂ ਤੁਹਾਨੂੰ ਪਤਾ ਹੀ ਹੋਏਗਾ ਈਜ਼ ਆਫ ਡੂਇੰਗ ਬਿਜ਼ਨਸ, ਠੀਕ ਹੈ ਜੀ, ਈਜ਼ ਆਫ ਡੂਇੰਗ ਬਿਜ਼ਨਸ ਹੋ ਗਿਆ। ਇਸ ਤੋਂ ਬਿਨਾਂ ਹੋਰ ਕੀ ਹੈਗਾ, ਈਜ਼ ਆਫ ਡੂਇੰਗ ਈਜ਼ ਆਫ ਲਿਵਿੰਗ ਇੰਡੈਕਸ ਹੈ ਜਿਹੜਾ, ਇਹ ਕਰਦਾ ਹੈਗਾ। ਇੱਕ ਕੁਛ ਵਰਲਡ ਡਿਵਲਪਮੈਂਟ ਰਿਪੋਰਟ, ਇਹ ਵੀ ਕੀ ਕਰਦਾ ਹੈਗਾ, ਵਰਲਡ ਬੈਂਕ ਹੈ ਜਿਹੜਾ ਜਾਰੀ ਕਰਦਾ ਹੈਗਾ। ਤਾਂ ਇੰਪੋਰਟੈਂਟ ਚੀਜ਼ਾਂ ਆਪਾਂ ਨੇ ਸਮਝ ਲਈਆਂ ਹੈਗੀਆਂ, ਵਰਲਡ ਬੈਂਕ ਕੀ ਹੈ, 1944 ਦੇ ਵਿੱਚ ਬਣਿਆ ਹੈਗਾ, ਹੈੱਡਕੁਆਟਰ ਕਿੱਥੇ ਹੈਗਾ, Washington DC ਹੈਗਾ, ਠੀਕ ਹੈ। ਔਰ ਇੰਡੀਆ ਇਜ਼ ਵਨ ਆਫ ਦਾ 189 ਮੈਂਬਰ ਚੋਂ ਇੱਕ ਮੈਂਬਰ ਕੰਟਰੀ ਹੈਗਾ ਇੰਡੀਆ। ਔਰ ਉਹਦੇ ਟੋਟਲ ਆਪਾਂ ਨੇ 5 ਮੇਜਰ ਕੰਪੋਨੈਂਟਸ ਪੜ੍ਹੇ ਹੈਗੇ ਆ, ਜਿਹਦੇ ਵਿੱਚੋਂ ICSID ਦਾ ਮੈਂਬਰ ਇੰਡੀਆ ਨਹੀਂ ਹੈਗਾ, ਬਾਕੀ ਅਦਰ ਮੈਂਬਰ ਮਤਲਬ ਜਿਹੜੇ ਕੰਪੋਨੈਂਟਸ ਨੇ ਉਹਦਾ ਇੰਡੀਆ ਮੈਂਬਰ ਹੈਗਾ। ਔਰ ਵਰਲਡ ਬੈਂਕ ਦਾ ਮੈਂਬਰ ਬਣਨ ਲਈ ਸਭ ਤੋਂ ਪਹਿਲਾਂ ਕਿਹਦਾ ਮੈਂਬਰ ਬਣਨਾ ਪਏਗਾ, IMF ਦਾ ਮੈਂਬਰ ਹੈ ਜਿਹੜਾ ਉਹ ਬਣਨਾ ਪਏਗਾ। ਕਲੀਅਰ ਹੋਇਆ। ਚਲੋ ਹੁਣ ਆਪਾਂ ਚੱਲਦੇ ਹੈਗੇ ਆਪਣੀ ਦੂਸਰੀ ਇੰਪੋਰਟੈਂਟ ਬੋਡੀ ਵਾਲੀ ਸਾਈਡ, ਜਿਹਦਾ ਨਾਮ ਕੀ ਹੈਗਾ, ਇੰਟਰਨੈਸ਼ਨਲ ਮੋਨੀਟਰੀ ਫੰਡਸ। ਇਹ ਕਦੋਂ ਬਣਿਆ, ਇਹ 1945 ਦੇ ਵਿੱਚ ਬਣਿਆ। 44 ਦੇ ਵਿੱਚ ਕੀ ਬਣਿਆ, ਪਹਿਲਾਂ ਵਰਲਡ ਬੈਂਕ ਬਣਿਆ, ਉਸ ਤੋਂ ਬਾਅਦ 1945 ਚ ਇਹ ਬਣਿਆ। ਜਿੱਦਾਂ ਆਪਾਂ ਨੇ ਪਹਿਲਾਂ ਹੀ ਡਿਸਕਸ ਕੀਤਾ, ਬ੍ਰੈਟਨ ਵੁੱਡ ਕਾਨਫਰੰਸ ਦਾ ਹੀ ਇਹ ਆਊਟਕਮ ਸੀਗਾ, ਠੀਕ ਹੈ, ਵਰਲਡ ਵਾਰ 2 ਤੋਂ ਬਾਅਦ। ਹੁਣ ਇਹਦੇ ਟੋਟਲ ਜਿਹੜੇ ਮੈਂਬਰ ਕੰਟਰੀ ਹੈਗੇ ਨੇ ਉਹ ਕਿੰਨੇ ਹੈਗੇ ਨੇ, 190। ਹੁਣ ਜੇ ਮੈਂ ਕੁਸ਼ਚਨ ਪੁੱਛਾਂ ਕਿ ਇੰਡੀਆ IMF ਦਾ ਮੈਂਬਰ ਹੈਗਾ ਹੈ, ਤਾਂ ਤੁਸੀਂ ਕੀ ਕਹੋਗੇ, ਯੈਸ ਆਫਕੋਰਸ ਇੰਡੀਆ IMF ਦਾ ਮੈਂਬਰ ਹੈਗਾ ਹੈ, ਕਿਉਂਕਿ ਜੇ ਇੰਡੀਆ ਵਰਲਡ ਬੈਂਕ ਦਾ ਮੈਂਬਰ ਹੈ ਤਾਂ IMF ਦਾ ਮੈਂਬਰ ਵੀ ਜ਼ਰੂਰ ਹੈ ਉਹ ਹੋਏਗਾ। ਕਲੀਅਰ। ਤਾਂ 119 ਕੀ ਹੈਗੇ ਨੇ, ਇਹਦੇ ਵਿੱਚ ਮੈਂਬਰ ਕੰਟਰੀਜ਼ ਹੈਗੇ ਨੇ, ਇੰਡੀਆ ਉਹਨਾਂ ਦੇ ਵਿੱਚੋਂ ਇੱਕ ਕੀ ਹੈਗਾ, ਆਪਣਾ ਮੈਂਬਰ ਕੰਟਰੀ ਹੈ ਜਿਹੜਾ ਉਹ ਹੈਗਾ। ਅੱਛਾ, ਇਹਦਾ ਹੈੱਡਕੁਆਟਰ ਕਿੱਥੇ ਹੈਗਾ, ਇਹਦਾ ਹੈੱਡਕੁਆਟਰ ਸੇਮ ਹੈਗਾ, Washington DC ਦੇ ਵਿੱਚ ਇਹਦਾ ਹੈੱਡਕੁਆਟਰ ਹੈ ਜਿਹੜਾ ਉਹ ਹੈਗਾ ਹੈ। ਕਲੀਅਰ। ਤਾਂ ਇਹ ਚੀਜ਼ਾਂ ਜ਼ਰੂਰੀ ਨੇ। ਅੱਛਾ, ਵਰਲਡ ਬੈਂਕ ਔਰ IMF ਦੇ ਵਿੱਚ ਇੱਕ ਥੋੜ੍ਹਾ ਜਿਹਾ ਮੇਜਰ ਡਿਫਰੈਂਸ ਹੈਗਾ, ਇਹ ਕੀ ਹੈ, ਦੇਖੋ ਇਹ ਵੀ ਮੋਨੀਟਰੀ, ਜਿੰਨੀ ਵੀ ਮਨੀ ਹੈਗੀ ਹੈ ਓਵਰਆਲ ਵਰਲਡ ਦੇ ਵਿੱਚ, ਮਨੀ ਸਪਲਾਈ ਨੂੰ ਸਟੇਬਲਾਈਜ਼ ਕਰਨ ਦਾ ਕੰਮ ਹੈਗਾ IMF ਦਾ, ਬਟ ਦੋਨਾਂ ਦੇ ਵਿੱਚ ਥੋੜ੍ਹਾ ਜਿਹਾ ਇੱਕ ਮੇਜਰ ਡਿਫਰੈਂਸ ਹੈਗਾ। ਦੇਖੋ ਜਿਵੇਂ ਇੱਕ ਵਰਲਡ ਬੈਂਕ ਹੈਗਾ ਆਪਾਂ ਨੇ ਪੜ੍ਹਿਆ, ਇੱਕ IMF ਹੈਗਾ, ਤਾਂ ਜਿਹੜਾ IMF ਹੈਗਾ ਇਹ ਜ਼ਿਆਦਾਤਰ ਕਿਸ ਨੂੰ ਲੋਨ ਦਿੰਦਾ ਹੈਗਾ, ਕੰਟਰੀਜ਼ ਵਗੈਰਾ ਨੂੰ ਲੋਨ ਦਿੰਦਾ ਹੈਗਾ, ਜਦਕਿ ਵਰਲਡ ਬੈਂਕ ਕੰਟਰੀਜ਼ ਗਵਰਨਮੈਂਟ ਐਜ਼ ਵੈਲ ਐਜ਼ ਕਿਹਨੂੰ ਲੋਨ ਦੇ ਦਿੰਦਾ ਹੈਗਾ, ਸਟੇਟਸ ਨੂੰ ਵੀ ਲੋਨ ਦੇ ਦਿੰਦਾ ਹੁੰਦਾ, ਠੀਕ ਹੈ, ਇਹ ਚੀਜ਼ ਯਾਦ ਰੱਖਿਓ। ਕਦੇ ਐਂ ਪੜ੍ਹਿਆ ਵੀ IMF ਨੇ ਕਿਸੇ ਅਸਾਮ ਨੂੰ ਲੋਨ ਦਿੱਤਾ ਹੈਗਾ ਜਾਂ ਕਿਸੇ ਸਟੇਟ ਨੂੰ, ਬਟ ਵਰਲਡ ਬੈਂਕ ਸਟੇਟ ਲੈਵਲ ਤੇ ਵੀ ਲੋਨ ਦੇ ਦਿੰਦਾ ਹੈਗਾ, ਬਟ ਜਿਹੜਾ IMF ਹੈਗਾ ਇਹ ਕੰਟਰੀ ਲੈਵਲ ਦੇ ਉੱਪਰ ਹੀ ਲੋਨ ਹੈ ਜਿਹੜਾ ਉਹ ਗ੍ਰਾਂਟ ਕਰਦਾ ਹੈਗਾ, ਠੀਕ ਹੈ। ਇਹ ਚੀਜ਼ ਨੂੰ ਕੀ ਰੱਖਣਾ ਹੈਗਾ, ਆਪਾਂ ਨੇ ਧਿਆਨ ਦੇ ਵਿੱਚ ਰੱਖਣਾ ਹੈਗਾ। ਕਲੀਅਰ ਹੋਇਆ। ਥੋੜਾ ਜਿਹਾ ਇਹਦੇ ਬਾਰੇ ਕੁਝ ਇੰਪੋਰਟੈਂਟ ਚੀਜ਼ਾਂ ਸੀਗੀਆਂ। ਅੱਛਾ, ਹੁਣ ਆਪਾਂ ਦੇਖਦੇ ਹੈਗੇ ਆ ਆਪਣੀ ਸਭ ਤੋਂ ਇੰਪੋਰਟੈਂਟ ਜਿਹੜੀ ਬੋਡੀ ਹੈ, ਜਿਹ 'ਚੋਂ ਕੁਸ਼ਚਨ ਫਰੇਮ ਵੀ ਹੈ ਜਿਹੜਾ ਹੁੰਦੇ ਹੈਗੇ ਨੇ ਜਾਂ ਪੇਪਰ 'ਚ ਪੁੱਛੇ ਜਾਂਦੇ ਨੇ, ਉਸ ਨੂੰ ਆਪਾਂ ਕੀ ਬੋਲਦੇ ਹੈਗੇ ਆ, ਨਾਟੋ। ਨਾਟੋ, ਨਾਟੋ ਦੀ ਫੁੱਲ ਫੋਰਮ ਹੈ ਜਿਹੜੀ ਲਾਸਟ ਈਅਰ ਲਾਸਟ ਟੂ ਲਾਸਟ ਟਾਈਮ ਆਈ ਥਿੰਕ ਪਟਵਾਰੀ ਦੇ ਪੇਪਰ ਦੇ ਵਿੱਚ ਪੁੱਛੀ ਗਈ ਸੀਗੀ, ਸੋਰੀ ਫੁੱਲ ਫੋਰਮ ਨਹੀਂ, ਕੁਛ ਇਹਦੇ ਰਿਲੇਟਿਡ ਕੁਛ ਪੁੱਛਿਆ ਗਿਆ ਸੀਗਾ। ਇਹਦੀ ਜਿਹੜੀ ਫੁੱਲ ਫੋਰਮ ਹੈਗੀ ਆ ਉਹ ਕੀ ਹੈਗੀ ਹੈ, ਨੌਰਥ ਐਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਠੀਕ ਹੈ,
ਟ੍ਰੀਟੀ ਆਰਗੇਨਾਈਜੇਸ਼ਨ, ਇਹਦੀ ਫੁੱਲ ਫਾਰਮ ਹੈਗੀ ਹੈ। ਅੱਛਾ, ਇਸਨੂੰ ਅਨਦਰ ਨੇਮ ਦੇ ਨਾਲ ਵੀ ਜਾਣਿਆ ਜਾਂਦਾ ਹੈਗਾ ਕਿ ਵਾਸ਼ਿੰਗਟਨ ਟ੍ਰੀਟੀ, ਠੀਕ ਹੈ, ਵਾਸ਼ਿੰਗਟਨ ਟ੍ਰੀਟੀ ਵੀ ਇਸਨੂੰ ਕਿਹਾ ਜਾਂਦਾ ਹੈਗਾ, ਇਹ ਯਾਦ ਰੱਖਿਓ। ਕਲੀਅਰ? ਹੁਣ ਦੇਖੋ ਇਹ ਕੀ ਸੀ, ਨਾਟੋ, ਨਾਟੋ ਬਾਰੇ ਕੀ ਕੁਐਸਚਨ ਆਇਆ ਹੋਇਆ ਸੀ, ਐਕਚੁਅਲ ਦੇ ਵਿੱਚ ਇਹ ਕੀ ਚੀਜ਼ ਹੈਗਾ, ਇਹ ਇੱਕ ਮਿਲਟਰੀ ਅਲਾਇੰਸ ਹੈਗਾ। ਮਿਲਟਰੀ ਅਲਾਇੰਸ ਕਿੰਨੇ ਮੈਂਬਰ ਕੰਟਰੀਜ਼ ਦਾ ਹੈਗਾ, ਪਤਾ ਕਿਸੇ ਨੂੰ ਕਿੰਨੇ ਮੈਂਬਰ ਕੰਟਰੀਜ਼ ਹੈਗੇ ਨੇ ਐਟ ਪ੍ਰੈਜੈਂਟ ਨਾਟੋ ਦੇ ਵਿੱਚ? 32, ਵੈਰੀ ਗੁੱਡ। ਤਾਂ 32 ਨਹੀਂ ਜੀ, 32 ਮੈਂਬਰ ਕੰਟਰੀਜ਼ ਹੈਗੇ ਨੇ ਨਾਟੋ ਦੇ ਵਿੱਚ, ਔਰ ਜਿਹਦੇ ਵਿੱਚੋਂ ਸਭ ਤੋਂ ਜਿਹੜਾ ਰੀਸੈਂਟ ਜੁਆਇਨ ਹੋਇਆ ਹੈਗਾ ਉਹ ਕਿਹੜਾ ਹੈਗਾ ਆਪਣੇ ਪਾਸ? ਸਵੀਡਨ। ਸਵੀਡਨ ਰੀਸੈਂਟਲੀ ਜੁਆਇਨ ਕੀਤਾ ਹੈਗਾ ਨਾਟੋ ਨੂੰ। ਹੁਣ ਇੱਕ ਮਿਲਟਰੀ ਅਲਾਇੰਸ ਕਹਿ ਲਓ ਚਾਹੇ ਡਿਫੈਂਸ ਅਲਾਇੰਸ ਕਹਿ ਲਓ ਕਿ ਬਣਿਆ ਹੋਇਆ ਹੈਗਾ। ਹੁਣ ਅਗਰ ਇਹਦੇ ਵਿੱਚ ਕੀ ਹੈ ਬੇਸਿਕਲੀ, ਅਗਰ ਕੋਈ ਵੀ ਨੋਨ ਮੈਂਬਰ ਕੰਟਰੀ, ਠੀਕ ਹੈ, ਨੋਨ ਮੈਂਬਰ ਕੰਟਰੀ ਮੈਂ ਕਿਸ ਨੂੰ ਕਹਿ ਰਹੀ ਹਾਂ, 32 ਆਪਣੀਆਂ ਮੈਂਬਰ ਕੰਟਰੀ ਹੋ ਗਈਆਂ, ਕੋਈ ਨੋਨ ਮੈਂਬਰ ਕੰਟਰੀ ਅਗਰ ਨਾਟੋ ਗਰੁੱਪਸ ਦੇ ਉੱਪਰ ਕਿਸੇ ਵੀ ਕੰਟਰੀ ਦੇ ਉੱਪਰ ਅਟੈਕ ਕਰਦੀ ਹੈਗੀ ਆ, ਤਾਂ ਇਹ ਕੋਲੈਕਟਿਵ ਡਿਫੈਂਸ ਦਾ ਕੰਮ ਕਰਦੇ ਹੈਗੇ ਨੇ ਔਰ ਉਹਦੇ ਉੱਪਰ ਜਾ ਕੇ ਅਟੈਕ ਕਰਦੇ ਨੇ। ਇਹ ਬੇਸਿਕਲੀ ਯੂਰਪ ਦੇ ਵਿੱਚ ਮਤਲਬ ਬਣਾਇਆ ਗਿਆ ਸੀਗਾ, ਠੀਕ ਹੈ, ਯੂਰਪ ਦੇ ਵਿੱਚ ਸਟਾਰਟਿੰਗ ਦੇ ਵਿੱਚ, ਤਾਂ ਅਲੱਗ ਅਲੱਗ ਕੰਟਰੀਜ਼ ਯੂਰਪ ਨੂੰ ਪ੍ਰੋਟੈਕਟ ਕਰਦੀਆਂ ਨੇ, ਯੂਰੋਪੀਅਨ ਕੰਟਰੀਜ਼ ਨੇ ਇਹਦੇ ਵਿੱਚ ਜ਼ਿਆਦਾ। ਕੀ ਇੰਡੀਆ ਨਾਟੋ ਦਾ ਮੈਂਬਰ ਹੈ ਜਾਂ ਨਹੀਂ ਹੈ, ਤਾਂ ਇਹ ਚੀਜ਼ ਯਾਦ ਰੱਖਣਾ, ਇੰਡੀਆ ਨਾਟੋ ਦਾ ਮੈਂਬਰ ਨਹੀਂ ਹੈਗਾ। ਕਲੀਅਰ? ਬਹੁਤ ਇੰਪੋਰਟੈਂਟ ਹੈਗਾ ਕਿ ਇੰਡੀਆ ਨਾਟੋ ਦਾ ਮੈਂਬਰ ਨਹੀਂ। ਆਪਾਂ ਕੁਛ ਹੀ 7 ਆਰਗੇਨਾਈਜੇਸ਼ਨ ਅੱਜ ਆਪਾਂ ਨੇ ਡਿਸਕਸ ਕਰਨੀਆਂ ਨੇ, ਉਹਦੇ ਵਿੱਚੋਂ ਪਹਿਲੀ ਆਰਗੇਨਾਈਜੇਸ਼ਨ ਨਾਟੋ ਹੈ ਜਿਹਦਾ ਇੰਡੀਆ ਮੈਂਬਰ ਹੈ ਜਿਹੜਾ ਨਹੀਂ ਹੈਗਾ। ਅੱਛਾ, ਹੁਣ ਨਾਟੋ ਬਣਿਆ ਕਦੋਂ ਸੀਗਾ? ਨਾਟੋ ਬਣਿਆ 1949 ਦੇ ਵਿੱਚ। ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ, ਕਿਸੇ ਆਈ ਥਿੰਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਕਿਸੇ ਪੇਪਰ ਦੇ ਵਿੱਚ ਇਹ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਗਿਆ ਸੀਗਾ। ਠੀਕ ਹੈ ਜੀ, ਚਲੋ ਹੁਣ ਆਪਾਂ ਨੈਕਸਟ ਚੱਲਦੇ ਹੈਗੇ ਹਾਂ। ਅੱਗੇ ਆਪਾਂ ਦੇਖਦੇ ਹੈਗੇ ਹਾਂ, ਤਾਂ ਹੁਣ ਦੇਖਦੇ ਹਾਂ ਆਪਾਂ ਇਹਦਾ ਹੈੱਡਕੁਆਟਰ। ਹੈੱਡਕੁਆਟਰ ਇੰਪੋਰਟੈਂਟ ਹੈਗਾ, ਹੈੱਡਕੁਆਟਰ ਵੀ ਸਮਝਦੇ ਹਾਂ। ਤਾਂ ਇਹਦਾ ਜਿਹੜਾ ਹੈੱਡਕੁਆਟਰ ਹੈਗਾ, ਕੁਐਸਚਨ ਪੁੱਛਦਾ ਹੁੰਦਾ ਪੇਪਰ 'ਚ, ਕਿੱਥੇ ਹੈਗਾ? ਬਰੂਜ਼ਲ, ਬੈਲਜੀਅਮ। ਬਰੂਜ਼ਲ ਬੈਲਜੀਅਮ ਦੇ ਵਿੱਚ ਨਾਟੋ ਦਾ ਕੀ ਹੈਗਾ, ਆਪਣਾ ਹੈੱਡਕੁਆਟਰ ਹੈ ਜਿਹੜਾ ਉਹ ਹੈਗਾ ਹੈ। ਕਲੀਅਰ? ਅੱਛਾ, ਹੁਣ ਵੈਸੇ ਇਹ ਇੱਕ ਹੋਰ ਚੀਜ਼ ਦੇਖਦੇ ਹਾਂ, ਇਹਦਾ ਜਿਹੜਾ ਸਰਕੈਟਰੀ ਜਨਰਲ ਹੈਗਾ ਉਹ ਕੌਣ ਹੈਗਾ? ਕਿਸੇ ਨੂੰ ਪਤਾ ਹੈਗਾ ਇਹਦਾ ਸਰਕੈਟਰੀ ਜਨਰਲ ਕੌਣ ਹੈਗਾ? ਨਾਟੋ ਦਾ ਸਕੈਟਰੀ ਜਨਰਲ ਕੌਣ ਹੈਗਾ ਜੀ? ਸਟੋਲਨ ਕਰਕੇ ਕੁਛ ਨਾਮ ਹੈਗਾ, ਕੀ ਹੈਗਾ ਦੱਸੇਗਾ ਕੋਈ? ਸਟੋਲਨ ਆਈਸਬਰਗ, ਸ਼ਾਇਦ ਸਟੋਲਨ ਆਈਸਬਰਗ, ਆਈਸਬਰਗ ਨਹੀਂ ਹੈਗਾ, ਮਾਈਟ ਵੀ ਬਰਗ ਹੈ, ਕੁਛ ਐਵੇਂ ਕਰਕੇ ਨਾਮ ਹੈਗਾ। ਠੀਕ ਹੈ, ਤਾਂ ਇਹ ਯਾਦ ਰੱਖਣਾ ਹੈਗਾ। ਹੁਣ ਨਾਟੋ ਆਪਾਂ ਨੇ ਸਮਝ ਲਿਆ ਹੈਗਾ, ਇਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਇਹਦੇ ਵੱਲ ਵੀ ਮੂਵ ਕਰਦੇ ਹੈਗੇ ਹਾਂ ਕਿ ਜਿਵੇਂ ਵਰਲਡ ਬੈਂਕ ਹੈਗਾ, ਇਹ ਰੀਸੈਂਟਲੀ ਇਹਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਬਣਿਆ ਹੈਗਾ ਵਰਲਡ ਬੈਂਕ ਦਾ, ਕੌਣ ਹੈਗਾ ਜੀ? ਪਤਾ ਹੋਊਗਾ ਸਾਰਿਆਂ ਨੂੰ, ਅਜੇ ਬੰਗਾ, ਬੰਗਾ ਜਾਂ ਬੰਗਾ ਪਤਾ ਹੋਏਗਾ, ਅਜੇ ਬੰਗਾ ਕੀ ਹੈਗਾ? ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਹੈਗਾ ਹੈ। ਕਲੀਅਰ? ਅੱਛਾ, ਇਹਦਾ ਇੱਕ ਚੀਫ ਇਕਨੋਮਿਸਟ ਐਡਵਾਈਜ਼ਰ ਵੀ ਹੁੰਦਾ ਹੈਗਾ, ਉਹ ਕੌਣ ਹੈਗਾ ਹੈ? ਵਰਲਡ ਬੈਂਕ ਦਾ ਚੀਫ ਇਕਨੋਮਿਸਟ ਕੌਣ ਹੈਗਾ ਹੈ ਦੱਸੇਗਾ ਕੋਈ? ਤਾਂ ਇਹਦਾ ਹੈਗਾ, ਯਾਦ ਰੱਖਣਾ, ਐਡਵਾਈਜ਼ਰ ਨਹੀਂ ਇਕਨੋਮਿਸਟ ਹੀ ਬੋਲਦੇ ਹਾਂ, ਇੰਦਰਮੀਤ ਗਿੱਲ। ਇੰਦਰਮੀਤ ਗਿੱਲ ਇਹਦਾ ਚੀਫ ਇਕਨੋਮਿਸਟ ਹੈਗਾ, ਇਹ ਯਾਦ ਰੱਖਣਾ। ਦੋਨੋਂ ਹੀ ਜਿਹੜੇ ਪਰਸਨ ਹੈਗੇ ਨੇ ਇੰਡੀਅਨ ਓਰਿਜਨ ਬੋਰਨ ਹੈਗੇ ਨੇ,
ਵਰਲਡ ਬੈਂਕ ਆਪਾਂ ਨੇ ਦੇਖ ਲਿਆ ਸੀ ਇਹਦਾ ਕਿੱਥੇ ਹੈਗਾ ਆਪਣਾ ਵਾਸ਼ਿੰਗਟਨ ਡੀਸੀ। ਤਾਂ ਇਸ ਤਰੀਕੇ ਨਾਲ ਆਪਾਂ ਨੇ IMF ਵੀ ਪੜ੍ਹਿਆ ਸੀਗਾ। IMF ਦੀ ਜਿਹੜੀ ਸੈਕਟਰੀ ਜਨਰਲ ਹੈਗੀ ਹੈ ਉਹ ਕੌਣ ਹੈਗੀ ਹੈ, ਜਾਂ ਫਿਰ ਡਿਪਟੀ ਮੈਨੇਜਿੰਗ ਡਾਇਰੈਕਟਰ ਬੋਲਦੇ ਹਾਂ ਉਸਨੂੰ, ਸੋਰੀ ਮੈਨੇਜਿੰਗ ਡਾਇਰੈਕਟਰ ਬੋਲਦੇ ਹਾਂ, ਮੈਨੇਜਿੰਗ ਡਾਇਰੈਕਟਰ ਕੌਣ ਹੈਗੀ ਹੈ ਆਪਣੇ ਪਾਸ? ਕ੍ਰਿਸਲੀਨਾ ਜੋਰਜੀਵਾ, ਪਤਾ ਹੋਏਗਾ ਸਾਰਿਆਂ ਨੂੰ। ਤੇ ਇਹਦੀ ਹੀ ਇੱਕ ਪਹਿਲੀ ਵਾਰ ਬਣੀ ਹੈਗੀ ਹੈ ਡੈਪਟੀ ਮੈਨੇਜਿੰਗ ਡਾਇਰੈਕਟਰ, ਉਹਦਾ ਨਾਮ ਕੀ ਹੈਗਾ? ਗੀਤਾ ਗੋਪੀ ਨਾਥਨ। ਇਹ ਪਹਿਲੀ ਵਾਰ ਕੀ ਬਣੀ ਹੈਗੀ ਹੈ? ਇੰਡੀਅਨ ਓਰੀਜਨ ਦੀ ਹੈਗੀ ਹੈ, ਜਿਹੜੀ ਕਿ ਫਸਟ ਡੈਪਟੀ ਮੈਨੇਜਿੰਗ ਡਾਇਰੈਕਟਰ ਬਣੀ ਹੈਗੀ ਹੈ ਕਿਸਦੀ? IMF ਦੀ। ਇਹ ਵੀ ਕੀ ਰੱਖਣਾ ਹੈਗਾ ਤੁਸੀਂ ਯਾਦ ਹੈ ਜਿਹੜਾ ਰੱਖਣਾ ਹੈਗਾ। ਇੱਦਾਂ ਦੇ ਕੁਸ਼ਚਨ ਆ ਜਾਂਦੇ ਨੇ ਜਿਵੇਂ ਪਹਿਲੀ ਵਾਰ ਵਰਲਡ ਬੈਂਕ ਦਾ, ਕਿਉਂਕਿ ਇੰਡੀਅਨ ਓਰੀਜਨ ਤੋਂ ਪਰਸਨ ਹੈ ਜਿਹੜਾ ਬਣਿਆ ਸੀਗਾ ਪ੍ਰੈਜੀਡੈਂਟ ਦਾ, ਅਜੇ ਬੰਗਾ, ਠੀਕ ਹੈ, ਤਾਂ ਉਹਦਾ ਚੀਫ ਇਕਨੋਮਿਸਟ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਸਿਮਿਲਰ ਵੇ ਦੇ ਨਾਲ ਇਹਦੀ ਮੈਨੇਜਿੰਗ ਡਾਇਰੈਕਟਰ ਪੇਪਰ 'ਚ ਕਾਫੀ ਵਾਰ ਪੁੱਛੀ ਗਈ ਹੈਗੀ ਹੈ, ਕਿਉਂਕਿ ਇਹ ਵੀ ਇੱਕ ਇੰਡੀਅਨ ਓਰੀਜਨ ਦੀ ਹੀ ਹੈਗੀ ਹੈ। ਗੀਤਾ ਗੋਪੀਨਾਥਨ ਡੈਪਟੀ ਮੈਨੇਜਿੰਗ ਡਾਇਰੈਕਟਰ, ਇਹਦੇ ਬਾਰੇ ਵੀ ਤੁਹਾਨੂੰ ਪਤਾ ਹੈ ਜਿਹੜਾ ਉਹ ਹੋਣਾ ਚਾਹੀਦਾ ਹੈਗਾ। ਕਲੀਅਰ? ਚਲੋ ਹੁਣ ਆਪਾਂ ਨੈਕਸਟ ਔਰਗਨਾਈਜੇਸ਼ਨ ਦੇ ਉੱਪਰ ਮੂਵ ਕਰਦੇ ਹੈਗੇ ਹਾਂ। ਤਾਂ ਆਪਣੀ ਜਿਹੜੀ ਸਭ ਤੋਂ ਇੰਪੋਰਟੈਂਟ ਅਗਲੀ ਔਰਗਨਾਈਜੇਸ਼ਨ ਹੈਗੀ ਹੈ, ਉਹਦਾ ਨਾਮ ਹੈਗਾ FATF। FATF ਕੀ ਹੈਗਾ? FATF ਦੀ ਪਹਿਲਾਂ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਠੀਕ ਹੈ। ਇਹ ਇਹਦੀ ਕੀ ਹੈਗੀ ਹੈ? ਫੁੱਲ ਫਾਰਮ ਹੈਗੀ ਹੈ ਕਿਸਦੀ? ਆਪਣੀ FATF ਦੀ। ਹੁਣ ਇਹਦਾ ਮੇਜਰ, ਇਸ ਏਜੰਸੀ ਦਾ ਜਿਹੜਾ ਮੇਜਰ ਪਰਪਸ ਹੈਗਾ ਉਹ ਕੀ ਹੈਗਾ? ਇਸ ਏਜੰਸੀ ਦਾ ਮੇਜਰ ਪਰਪਸ ਹੈਗਾ ਮਨੀ ਲੌਂਡਰਿੰਗ ਨੂੰ ਕੀ ਕਰਨਾ, ਮਤਲਬ ਟੈਕਲ ਕਰਨਾ ਜਾਂ ਹੈਂਡਲ ਕਰਨਾ। ਮਨੀ ਲੌਂਡਰਿੰਗ ਸਮਝਦੇ ਹੋ ਨਾ, ਕਿ ਜਿੱਥੇ ਲਾਈਕ ਪੈਸਾ ਹੈ ਜਿਹੜਾ, ਇਹਦਾ ਵੈਸੇ ਮੇਜਰ ਇਹੀ ਹੈ ਕਿ ਟੈਰਰਿਸਟ ਜਿਹੜੀ ਟੈਰਰਿਜ਼ਮ ਨੂੰ ਪ੍ਰਮੋਟ ਕਰ ਰਹੀਆਂ ਨੇ ਕੰਟਰੀਜ਼, ਉਹਨਾਂ ਨੂੰ ਉਹਨਾਂ ਦੇ ਉੱਪਰ, ਮਤਲਬ ਉਹਨਾਂ ਦੇ ਉੱਪਰ ਨਕੇਲ ਕਸਣੀ, ਠੀਕ ਹੈ, ਉਹਨਾਂ ਦੇ ਉੱਪਰ ਕੰਟਰੋਲ ਕਰਨਾ, ਇਹ FATF ਦਾ ਮੇਜਰ ਕੀ ਹੈਗਾ? ਪਰਪਸ ਹੈਗਾ। ਹੁਣ ਦੇਖੋ FATF ਕਦੋਂ ਬਣਿਆ ਹੈਗਾ ਇਹ ਪਤਾ ਹੋਣਾ ਚਾਹੀਦਾ। 1989 ਦੇ ਵਿੱਚ ਕੀ ਬਣਿਆ ਹੈਗਾ? ਆਪਣਾ FATF ਹੈ ਜਿਹੜਾ ਬਣਿਆ ਹੈਗਾ। ਹੁਣ ਗੱਲ ਆਉਂਦੀ ਹੈ ਕਿ ਇੰਡੀਆ FATF ਦਾ ਮੈਂਬਰ ਹੈਗਾ, ਤਾਂ ਹਾਂਜੀ, ਇੰਡੀਆ FATF ਦਾ ਮੈਂਬਰ ਹੈ ਜਿਹੜਾ ਉਹ ਹੈਗਾ ਹੈ। ਹੁਣ ਤੱਕ ਜਿੰਨੀਆਂ ਵੀ ਔਰਗਨਾਈਜੇਸ਼ਨ ਆਪਾਂ ਨੇ ਪੜ੍ਹਿਆ ਹੈਗੀਆਂ ਨੇ ਉਹਦੇ ਵਿੱਚੋਂ ਸਿਰਫ ਇੰਡੀਆ ਨਾਟੋ ਦਾ ਮੈਂਬਰ ਨਹੀਂ ਹੈਗਾ, ਅਦਰਵਾਈਜ਼ ਵਰਲਡ ਬੈਂਕ ਪੜ੍ਹਿਆ, IMF ਪੜ੍ਹਿਆ ਔਰ FATF ਸਭ ਦਾ ਇੰਡੀਆ ਮੈਂਬਰ ਹੈਗਾ ਹੈ। ਜਦੋਂ ਇੰਡੀਆ ਪਹਿਲੀ ਵਾਰ ਮੈਂਬਰ ਬਣਿਆ 2006 ਦੇ ਵਿੱਚ, ਤਾਂ ਇੰਡੀਆ ਕੋਲ ਸਿਰਫ ਔਰ ਸਿਰਫ ਇੱਕ ਓਬਜ਼ਰਵਰ ਸਟੇਟਸ ਸੀਗਾ। ਓਬਜ਼ਰਵਰ ਸਟੇਟਸ ਦਾ ਮਤਲਬ ਕੀ ਹੁੰਦਾ? ਵੀ ਐਕਚੁਅਲ ਮੈਂਬਰ ਕੰਟਰੀ ਨਾ ਹੋ ਕੇ ਇੱਕ ਓਬਜ਼ਰਵਰ ਸਟੇਟਸ ਦੇ ਦਿੱਤਾ ਜਾਂਦਾ, ਜਿਹਦੇ ਨਾਲ ਰਾਈਟ ਟੂ ਵੋਟ ਦੀ ਜਿਹੜੀ, ਇਹ ਕਹਿ ਲਓ ਕਿ ਰਾਈਟ ਟੂ ਵੋਟ ਨਹੀਂ ਹੁੰਦਾ ਉਸ ਕੰਟਰੀ ਨੂੰ, ਠੀਕ ਹੈ। ਤਾਂ 6 ਦੇ ਵਿੱਚ ਇੰਡੀਆ ਕੋਲ ਓਬਜ਼ਰਵਰ ਸਟੇਟਸ ਸੀਗਾ, 2010 ਦੇ ਵਿੱਚ ਇੰਡੀਆ ਕੀ ਬਣ ਗਿਆ? ਇਹਦਾ ਪਰਮਾਨੈਂਟ ਮੈਂਬਰ ਕੰਟਰੀ ਹੈ ਜਿਹੜਾ ਉਹ ਬਣ ਗਿਆ। ਤਾਂ ਸਮਟਾਈਮਸ ਇੱਦਾਂ ਵੀ ਕੁਸ਼ਚਨ ਪੁੱਛ ਲਿਆ ਜਾਂਦਾ ਕਿ ਇੰਡੀਆ ਇਹਦਾ ਕਦੋਂ ਮੈਂਬਰ ਕੰਟਰੀ ਬਣਿਆ, ਤਾਂ ਸਟਾਰਟਿੰਗ 2006 ਦੇ ਵਿੱਚ ਓਬਜ਼ਰਵਰ ਸਟੇਟਸ ਸੀਗਾ ਐਂਡ ਦੈਨ 2010 ਦੇ ਵਿੱਚ ਕੀ ਬਣ ਗਿਆ? ਉਹ ਮੈਂਬਰ ਕੰਟਰੀ ਹੈ ਜਿਹੜਾ ਬਣ ਗਿਆ। ਹੁਣ ਦੇਖੋ ਜਿਹੜਾ FATF ਦਾ ਹੈੱਡਕੁਆਟਰ ਵੀ ਆਪਾਂ ਦੇਖ ਲੈਂਦੇ ਹੈਗੇ ਹਾਂ, ਇਹਦਾ ਜਿਹੜਾ ਹੈੱਡਕੁਆਟਰ ਹੈਗਾ ਕਿੱਥੇ ਹੈਗਾ ਆਪਣੇ ਪਾਸ? ਪੈਰਿਸ ਦੇ ਵਿੱਚ ਹੈਗਾ। ਇਹ ਵੀ ਚੀਜ਼ ਕੀ ਰੱਖਣੀ ਹੈਗੀ ਹੈ ਤੁਸੀਂ ਧਿਆਨ 'ਚ ਰੱਖਣੀ ਹੈਗੀ ਹੈ। ਹੁਣ ਕਿਉਂਕਿ ਜੇ ਆਪਾਂ FATF ਡਿਸਕਸ ਕਰ ਰਹੇ ਹੈਗੇ ਹਾਂ, ਤਾਂ ਇਹਦੀਆਂ ਇੱਕ ਦੋ ਇੰਪੋਰਟੈਂਟ ਲਿਸਟ ਬਾਰੇ ਤਾਂ ਜ਼ਰੂਰ ਪੇਪਰ ਦੇ ਵਿੱਚ ਕੁਸ਼ਚਨ ਨੇ ਜਿਹੜੇ ਉਹ ਪੁੱਛਦਾ ਹੈਗਾ। ਤਾਂ ਇਹਦੀਆਂ ਦੋ ਇੰਪੋਰਟੈਂਟ ਲਿਸਟ ਕਿਹੜੀਆਂ ਕਿਹੜੀਆਂ ਨੇ? ਇੱਕ ਤਾਂ ਹੈਗੀ ਆਪਣੇ ਪਾਸ ਗ੍ਰੇ ਲਿਸਟ ਐਂਡ ਸੈਕਿੰਡ ਵਨ ਕਿਹੜੀ ਹੈਗੀ ਆ ਆਪਣੇ ਪਾਸ? ਬਲੈਕ ਲਿਸਟ। ਇਹ ਕੀ ਕਰਦਾ ਹੈਗਾ?
ਕੰਟਰੀਜ਼ ਨੂੰ ਗ੍ਰੇ ਲਿਸਟ ਜਾਂ ਬਲੈਕ ਲਿਸਟ ਦੇ ਵਿੱਚ ਕਰ ਪਾ ਦਿੰਦਾ ਕਿ ਜਿਹੜੀਆਂ ਕੰਟਰੀਆਂ ਮਨੀ ਲੌਂਡਰਿੰਗ ਕੇਸ ਵਗੈਰਾ ਕਰਦੀਆਂ ਹੈਗੀਆਂ ਜਾਂ ਮਨੀ ਲੌਂਡਰਿੰਗ ਕਰਦੀਆਂ ਹੈਗੀਆਂ ਨੇ। ਕਲੀਅਰ? ਹੁਣ ਦੇਖੋ ਜਿਹੜੀ ਗ੍ਰੇ ਲਿਸਟ ਹੈਗੀ ਹੈ ਇਹ ਇੰਨੀ ਜ਼ਿਆਦਾ ਇਹਦੇ ਵਿੱਚ ਹਾਰਡ ਐਂਡ ਫਾਸਟ ਮਤਲਬ ਰੂਲ ਨਹੀਂ ਹੁੰਦੇ, ਹਾਰਡ ਐਂਡ ਫਾਸਟ ਰੂਲ ਇਨ ਦਾ ਸੈਂਸ ਕਿ ਬਹੁਤ ਜ਼ਿਆਦਾ ਲਿਮਿਟੇਸ਼ਨਸ ਇੱਥੇ ਨਹੀਂ ਲਗਾਈਆਂ ਜਾਂਦੀਆਂ। ਬਟ ਅਗਰ ਕੋਈ ਕੰਟਰੀ ਬਲੈਕ ਲਿਸਟ ਦੇ ਵਿੱਚ ਹੋ ਜਾਂਦੀ ਹੈ ਤਾਂ ਉਹਦੇ ਪਰ ਬਹੁਤ ਸਾਰੀਆਂ ਲਿਮਿਟੇਸ਼ਨਸ ਲਗਾ ਦਿੱਤੀਆਂ ਜਾਂਦੀਆਂ ਨੇ। ਹੁਣ ਲਿਮਿਟੇਸ਼ਨਸ ਤੋਂ ਕੀ ਮਤਲਬ ਹੈਗਾ ਇੱਥੇ? ਲਿਮਿਟੇਸ਼ਨਸ ਤੋਂ ਮਤਲਬ ਇੱਥੇ ਹੈਗਾ ਕਿ ਉਹ ਕੰਟਰੀ ਜਿਹੜੀ ਮਨੀ ਲੌਂਡਰਿੰਗ ਕਰਦੀ ਹੈਗੀ ਹੈ ਜਾਂ ਟੈਰਰਿਜ਼ਮ ਨੂੰ ਪ੍ਰਮੋਟ ਕਰਦੀ ਹੈਗੀ ਆ, ਉਹਨੂੰ ਇੰਟਰਨੈਸ਼ਨਲ ਜਿਹੜੀਆਂ ਬੋਡੀਜ਼ ਹੈਗੀਆਂ ਨੇ ਉੱਥੋਂ ਫਾਈਨੈਂਸ਼ੀਅਲ ਅਸਿਸਟੈਂਸ ਮਿਲਣੀ ਬੰਦ ਹੋ ਜਾਂਦੀ ਆ। ਹੁਣ ਫਾਈਨੈਂਸ਼ੀਅਲ ਅਸਿਸਟੈਂਸ ਕੀ ਹੋ ਗਿਆ? ਲੋਨ ਵਗੈਰਾ ਹੋ ਗਿਆ ਜਿਹੜੇ ਵਰਲਡ ਬੈਂਕ ਤੋਂ ਮਿਲਦੇ ਨੇ, IMF ਤੋਂ ਮਿਲਦੇ ਨੇ, ਠੀਕ ਹੈ। ਤਾਂ ਮਤਲਬ ਜੇ ਕੋਈ ਕੰਟਰੀ ਇਹਨਾਂ ਲਿਸਟ ਦੇ ਵਿੱਚ ਆ ਜਾਂਦੀ ਹੈਗੀ ਹੈ ਤਾਂ ਉਹਨੂੰ ਫਾਈਨੈਂਸ਼ੀਅਲ ਅਸਿਸਟੈਂਸ ਮਿਲਣੀ ਬੰਦ ਹੋ ਜਾਂਦੀ ਆ ਇੰਟਰਨੈਸ਼ਨਲ ਬੋਡੀਜ਼ ਦੇ ਦੁਆਰਾ, ਠੀਕ ਹੈ। ਕਲੀਅਰ? ਹੁਣ ਦੇਖੋ ਗ੍ਰੇ ਲਿਸਟ, ਇਹਨੂੰ ਜਿਹੜੀ ਗ੍ਰੇ ਲਿਸਟ ਹੁੰਦੀ ਹੈ ਇੱਕ ਵਾਰਨਿੰਗ ਲਿਸਟ ਹੁੰਦੀ ਹੈ, ਇਹ ਮਤਲਬ ਇੱਕ ਤਰੀਕੇ ਨਾਲ ਕਿ ਕਿਸੇ ਕੰਟਰੀ ਨੂੰ ਪਹਿਲਾਂ ਸਭ ਤੋਂ ਪਹਿਲਾਂ ਗ੍ਰੇ ਲਿਸਟ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਉਹਨੂੰ ਵਾਰਨ ਕੀਤਾ ਜਾਂਦਾ। ਕੁਝ 20 ਪੈਰਾਮੀਟਰਸ ਦੇ ਦਿੱਤੇ ਜਾਂਦੇ ਨੇ ਕਿ ਇਹਨਾਂ 20 ਪੈਰਾਮੀਟਰਸ ਦੇ ਤੁਸੀਂ ਆਉਣ ਵਾਲੇ ਇੰਨੇ ਟਾਈਮ ਤੱਕ ਕੀ ਕਰੋਗੇ, ਕੰਮ ਕਰੋਗੇ। ਜੇ ਤੁਸੀਂ ਇਹਨਾਂ ਨੂੰ ਟਾਰਗੇਟਸ ਨੂੰ ਅਚੀਵ ਕਰ ਲਿਆ ਤੁਸੀਂ ਗ੍ਰੇ ਲਿਸਟ ਦੇ ਵਿੱਚੋਂ ਬਾਹਰ ਹੋ ਜਾਓਗੇ, ਠੀਕ ਹੈ। ਮਤਲਬ ਇੱਕ ਵਾਰਨਿੰਗ ਸਾਈਨ ਦੇ ਕੇ ਗ੍ਰੇ ਲਿਸਟ ਦੇ ਵਿੱਚ ਪਾ ਦਿੱਤਾ ਜਾਂਦਾ। ਬਟ ਅਗਰ ਉਹ ਇੱਕ ਮੇਜਰ ਜਿਹੜੇ 20 ਪੁਆਇੰਟਸ ਟਾਰਗੇਟ ਦਿੱਤੇ ਜਾਂਦੇ ਨੇ ਉਹਨਾਂ ਨੂੰ ਅਚੀਵ ਨਹੀਂ ਕਰ ਪਾਉਂਦੇ ਤਾਂ ਉਹਨੂੰ ਕਿਹਦੇ ਵਿੱਚ ਪਾ ਦਿੱਤਾ ਜਾਂਦਾ? ਬਲੈਕ ਲਿਸਟ ਦੇ ਵਿੱਚ, ਉਸ ਕੰਟਰੀ ਨੂੰ ਪਾ ਦਿੱਤਾ ਜਾਂਦਾ। ਔਰ ਬਲੈਕ ਲਿਸਟ ਨੂੰ ਬੇਸਿਕਲੀ ਕੀ ਕਿਹਾ ਜਾਂਦਾ? ਕਾਲ ਫੋਰ ਐਕਸ਼ਨ, ਕਿ ਫਾਈਨਲੀ ਉਹਨਾਂ ਦੇ ਉੱਪਰ ਐਕਸ਼ਨ ਦਾ ਹੁਣ ਟਾਈਮ ਹੈ ਜਿਹੜਾ ਉਹ ਆ ਗਿਆ। ਇਹਨਾਂ ਨੂੰ ਕੰਪਲੀਟਲੀ ਫਾਈਨੈਂਸ਼ੀਅਲ ਅਸਿਸਟੈਂਸ ਮਿਲਣੀ ਕੀ ਹੋ ਜਾਂਦੀ ਆ? ਬੰਦ ਹੈ ਜਿਹੜੀ ਉਹ ਹੋ ਜਾਂਦੀ ਹੈਗੀ ਹੈ। ਕਲੀਅਰ? ਹੁਣ ਐਟ ਪ੍ਰੈਜੈਂਟ ਦੇਖੋ ਗ੍ਰੇ ਲਿਸਟ 'ਚ ਬਹੁਤ ਸਾਰੀਆਂ ਕੰਟਰੀਜ਼ ਹੈਗੀਆਂ ਨੇ, ਤਾਂ ਗ੍ਰੇ ਲਿਸਟ ਦੀ ਸਾਰੀਆਂ ਕੰਟਰੀਜ਼ ਨੂੰ ਯਾਦ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ, ਆਪਾਂ ਨੂੰ ਸਿਰਫ ਬਲੈਕ ਲਿਸਟ ਕੰਟਰੀਜ਼ ਬਾਰੇ ਪਤਾ ਹੋਣਾ ਚਾਹੀਦਾ। ਤਾਂ ਬਲੈਕ ਲਿਸਟ ਦੇ ਵਿੱਚ ਐਟ ਪ੍ਰੈਜੈਂਟ 3 ਕੰਟਰੀਜ਼ ਹੈਗੀਆਂ ਨੇ, ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਪੇਪਰ 'ਚ ਕੁਸ਼ਚਨ ਸਿੱਧਾ ਪੁੱਛ ਲੈਂਦਾ ਹੈਗਾ ਕਿ ਬਲੈਕ ਲਿਸਟ ਦੇ ਵਿੱਚ ਕਿਹੜੀਆਂ ਕਿਹੜੀਆਂ ਕੰਟਰੀਜ਼ ਹੈਗੀਆਂ ਨੇ। ਤਾਂ ਬਲੈਕ ਲਿਸਟ ਦੇ ਵਿੱਚ ਕਿਹੜੀਆਂ ਕਿਹੜੀਆਂ ਕੰਟਰੀਜ਼ ਨੇ? ਇੱਕ ਕਿਹੜੀ ਹੈਗੀ ਆ? ਇਰਾਨ, ਇੱਕ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਰੀਆ, ਔਰ ਇੱਕ ਥਰਡ ਆਪਣੇ ਪਾਸ ਕਿਹੜੀ ਹੈਗੀ ਹੈ? ਮਿਆਂਮਾਰ। ਤਾਂ ਇਹ 3 ਕੰਟਰੀਜ਼ ਹੈਗੀਆਂ ਨੇ ਜਿਹੜੀ ਕਿ FATF ਦੀ ਬਲੈਕ ਲਿਸਟ ਦੇ ਵਿੱਚ ਹੈਗੀਆਂ ਨੇ। ਤਾਂ ਤਿੰਨਾਂ ਦੇ ਨਾਮ ਯਾਦ ਰੱਖਣੇ, ਕਰੰਟ ਅਫੇਅਰ ਦਾ ਕੁਐਸਚਨ ਵੀ ਬਣਦਾ ਹੈਗਾ, ਕਈ ਵਾਰ ਕੋਈ ਕੰਟਰੀ ਵੱਧ ਜਾਂਦਾ ਘੱਟ ਜਾਂਦਾ, ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਕਲੀਅਰ? ਤਾਂ FATF ਦੇ ਬਾਰੇ ਇੰਪੋਰਟੈਂਟ ਚੀਜ਼ਾਂ, ਕਦੋਂ ਫਾਊਂਡ ਹੋਇਆ ਸੀ, ਕੀ ਇੰਡੀਆ ਉਹਦਾ ਮੈਂਬਰ ਹੈਗਾ, ਅੱਛਾ ਹਾਂ, ਤਾਂ ਟੋਟਲ ਨੰਬਰ ਆਫ ਮੈਂਬਰ ਕੰਟਰੀਜ਼ ਕਿੰਨੇ ਨੇ FATF ਦੇ, ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ। ਤਾਂ ਟੋਟਲ ਨੰਬਰ ਆਫ ਮੈਂਬਰ ਕੰਟਰੀਜ਼ ਇਹਦੇ FATF ਦੇ ਕਿੰਨੇ ਹੈਗੇ ਨੇ? 39। ਕਲੀਅਰ? ਯਾਦ ਰੱਖੋਗੇ। ਔਰ ਨਾਟੋ ਦੇ ਆਪਾਂ ਨੇ ਕਿੰਨੇ ਕੀਤੇ ਸੀਗੇ? 32। ਵਰਲਡ ਬੈਂਕ ਦੇ ਕਿੰਨੇ ਕੀਤੇ ਸੀ? 189। ਐਂਡ IMF ਦੇ ਕਿੰਨੇ ਕੀਤੇ ਸੀ? 190। ਕਲੀਅਰ ਹੋਇਆ? ਚਲੋ ਹੁਣ ਆਪਾਂ ਨੈਕਸਟ ਮੂਵ ਕਰਦੇ ਹੈਗੇ ਆ ਆਪਣਾ ਨੈਕਸਟ, ਜਿਹੜੀ ਅਗਲੀ ਇੰਪੋਰਟੈਂਟ ਆਰਗੇਨਾਈਜੇਸ਼ਨ ਹੈਗੀ ਹੈ ਉਹਦਾ ਨਾਮ ਹੈਗਾ ਯੂਨੈਸਕੋ। ਯੂਨੈਸਕੋ ਇੱਕ ਬਹੁਤ ਇੰਪੋਰਟੈਂਟ ਬੋਡੀ ਹੈਗੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਕਈ ਵਾਰ ਪੇਪਰ 'ਚ ਇਹਦੀ ਫੁੱਲ ਫਾਰਮ ਹੀ ਪੁੱਛ ਲੈਂਦੇ ਨੇ, ਇਹ ਵੀ ਇੱਕ UN ਦੀ ਹੀ ਬੋਡੀ ਹੈਗੀ ਹੈ, ਇਹ ਵੀ ਯਾਦ ਰੱਖਣਾ, ਠੀਕ ਹੈ। ਹੁਣ ਇਹਦੀ ਫੁੱਲ ਫਾਰਮ ਕੀ ਹੈਗੀ ਹੈ? ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, ਇਹ ਕਈ ਵਾਰ ਇਹਦੀ ਫੁੱਲ ਫਾਰਮ ਹੀ ਪੁੱਛ ਲੈਂਦਾ, ਤਾਂ ਇਹ ਵੀ ਯਾਦ ਰੱਖਣਾ। ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਯੂਨੈਸਕੋ ਦਾ ਕੀ ਹੈਗਾ? ਫੁੱਲ ਫਾਰਮ ਹੈ ਜਿਹੜਾ ਉਹ ਹੈਗਾ ਹੈ। ਕਲੀਅਰ? ਅੱਛਾ,
ਇਹਦੇ ਟੋਟਲ ਨੰਬਰ ਆਫ ਜਿਹੜੇ ਮੈਂਬਰ ਕੰਟਰੀਜ਼ ਹੈਗੇ ਨੇ ਉਹ ਕਿੰਨੇ ਹੈਗੇ ਨੇ 193। ਹੁਣ ਦੇਖੋ ਥੋੜ੍ਹਾ ਜਿਹਾ ਦਿਮਾਗ 'ਚ ਯਾਦ ਰੱਖਣਾ ਹੁੰਦਾ, ਇੱਕ ਜਿਵੇਂ ਚਾਰਟ ਵਗੈਰਾ ਤੁਹਾਡੇ ਮਾਇੰਡ 'ਚ ਫਿੱਟ ਹੋ ਜਾਂਦਾ ਜਦੋਂ ਉਹਨੂੰ ਮਲਟੀਪਲ ਟਾਈਮ ਰਿਵਾਈਜ਼ ਕਰਦੇ ਹੋ ਕਿ ਸਭ ਤੋਂ ਪਹਿਲਾਂ ਆਪਾਂ ਨੇ ਵਰਲਡ ਬੈਂਕ ਪੜ੍ਹਿਆ ਫਿਰ ਆਹ ਪੜ੍ਹਿਆ, ਤਾਂ ਹੁਣ ਤੱਕ ਜਿੰਨੀਆਂ ਆਪਾਂ ਨੇ ਪੜ੍ਹੀਆਂ ਹੈਗੀਆਂ ਨੇ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਮੈਂਬਰ ਕੰਟਰੀਜ਼ ਹੈਗੇ ਨੇ ਉਹ ਕਿਸਦੇ ਹੈਗੇ ਨੇ, ਯੂਨੈਸਕੋ ਦੇ ਹੈਗੇ ਨੇ। ਠੀਕ ਹੈ, ਤਾਂ 193 ਕੀ ਹੈਗੇ ਨੇ ਇਹਦੇ ਮੈਂਬਰ ਕੰਟਰੀਜ਼ ਹੈਗੇ ਨੇ। ਅੱਛਾ, ਇਹਦਾ ਹੁਣ ਹੈੱਡਕੁਆਟਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ, ਹੈੱਡਕੁਆਟਰ ਕਿੱਥੇ ਹੈ ਇਹਦਾ? ਪੈਰਿਸ। ਪੈਰਿਸ ਦੇ ਵਿੱਚ ਬੇਸਿਕਲੀ ਕੀ ਹੈਗਾ ਇਹਦਾ ਹੈੱਡਕੁਆਟਰ ਹੈਗਾ। ਹੁਣ ਦੇਖੋ ਜਿਹੜੀ ਯੂਨੈਸਕੋ ਹੈ, ਮਤਲਬ ਇਹ ਕਾਫੀ ਤਰੀਕੇ ਦੀ ਆਪਾਂ ਪੜ੍ਹਦੇ ਹੈਗੇ ਕਿ ਹੈਰੀਟੇਜ ਸਾਈਟਸ ਆਪਾਂ ਨੂੰ ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ, ਮਿਲਦੀਆਂ ਨੇ, ਜਿਵੇਂ ਕਿ ਯੂਨੈਸਕੋ ਦੁਆਰਾ ਜਾਂ ਉਹਨਾਂ ਨੂੰ ਯੂਨੈਸਕੋ ਹੈਰੀਟੇਜ ਸਾਈਟ ਬੋਲਿਆ ਜਾਂਦਾ, ਹੈ ਨਾ। ਹੁਣ ਇਹਦੇ ਵਿੱਚੋਂ ਤਿੰਨ ਕੈਟਾਗਰੀ ਦੀਆਂ ਸਾਈਟਸ ਹੁੰਦੀਆਂ ਨੇ। ਤਿੰਨ ਕੈਟਾਗਰੀ ਕਿਹੜੀ ਹੁੰਦੀ ਹੈ? ਇੱਕ ਤਾਂ ਆਪਣੇ ਪਾਸ ਕਲਚਰਲ ਸਾਈਟਸ ਹੁੰਦੀਆਂ ਨੇ, ਹੈ ਨਾ, ਇੱਕ ਆਪਣੇ ਪਾਸ ਨੈਚੁਰਲ ਸਾਈਟਸ ਹੁੰਦੀਆਂ ਨੇ, ਔਰ ਇੱਕ ਆਪਣੇ ਪਾਸ ਕੀ ਹੁੰਦੀਆਂ ਨੇ? ਮਿਕਸਡ, ਇੱਕ ਮਿਕਸਡ ਟਾਈਪ ਦੀਆਂ ਸਾਈਟਸ ਹੁੰਦੀਆਂ ਨੇ। ਤਾਂ ਐਟ ਪ੍ਰੈਜ਼ੈਂਟ 2024 ਦੇ ਵਿੱਚ ਇੰਡੀਆ ਦੇ ਵਿੱਚ ਟੋਟਲ ਯੂਨੈਸਕੋ ਜਿਹੜੀਆਂ ਹੈਰੀਟੇਜ ਸਾਈਟਸ ਨੇ ਉਹ ਕਿੰਨੀਆਂ ਨੇ, ਉਹਨਾਂ ਦੀ ਗਿਣਤੀ ਪਤਾ ਹੋਣੀ ਚਾਹੀਦੀ ਹੈ, 43। ਕਲੀਅਰ? ਤਾਂ ਮਤਲਬ ਜੇ ਤੁਹਾਨੂੰ ਸਿੱਧਾ ਸਿੱਧਾ ਕੁਐਸਚਨ ਪੁੱਛਦਾ ਹੈਗਾ ਕਿ ਯੂਨੈਸਕੋ ਹੈਰੀਟੇਜ ਸਾਈਟ ਟੋਟਲ ਨੰਬਰ ਆਫ ਇੰਡੀਆ ਦੇ ਵਿੱਚ ਅੱਜ ਦੇ ਟਾਈਮ ਕਿੰਨੀਆਂ ਐਗਜ਼ਿਸਟ ਕਰਦੀਆਂ ਨੇ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ 143। ਇਹਦੇ ਵਿੱਚੋਂ ਮਿਕਸਡ ਕਿੰਨੀ ਹੈਗੀ ਹੈ? ਇੱਕ। ਨੈਚੁਰਲ ਹੈਗੀਆਂ ਨੇ 7, ਔਰ ਕਲਚਰਲ ਕਿੰਨੀਆਂ ਨੇ ਆਪਣੇ ਪਾਸ? 35। ਸਮਝ ਆਈ? ਤਾਂ ਮਤਲਬ ਆ ਇੰਪੋਰਟੈਂਟ ਆ, ਜਿਵੇਂ ਹੁਣ ਦੇਖੋ ਓਬਵੀਅਸਲੀ ਉਹ 35 ਚੋਂ ਹੀ ਕੁਐਸਚਨ ਪੁੱਛੂਗਾ, 7 ਵੀ ਚਲੋ ਯਾਦ ਕਰਨੀਆਂ ਈਜ਼ੀ ਹੋਣਗੀਆਂ, 1 ਇੰਪੋਰਟੈਂਟ ਹੈ। ਤਾਂ 1 ਮਿਕਸਡ, ਮਿਕਸਡ ਦਾ ਇੱਥੇ ਕੀ ਮਤਲਬ ਹੈ ਕਿ ਜਿਹੜੀ ਕਲਚਰਲ ਵੀ ਹੈਗੀ ਹੈ ਐਂਡ ਜਿਹੜੀ ਨੈਚੁਰਲ ਵੀ ਹੈਗੀ ਹੈ। ਤਾਂ ਉਹ ਸਾਈਟ ਕਿਹੜੀ ਹੈਗੀ ਆਪਣੇ ਪਾਸ? ਕੰਚਨਜੰਗਾ ਨੈਸ਼ਨਲ ਪਾਰਕ। ਕਿੱਥੇ ਹੈਗਾ ਇਹ? ਹੈ ਸਿੱਕਿਮ ਨਹੀਂ ਹੈਗਾ? ਕੰਚਨਜੰਗਾ ਨੈਸ਼ਨਲ ਪਾਰਕ ਸਿੱਕਿਮ ਹੈ, ਆਸਾਮ ਕਿੱਥੋਂ ਆ ਗਿਆ? ਨਹੀਂ ਨਹੀਂ ਹਾਂ, ਕੰਚਨਜੰਗਾ ਨੈਸ਼ਨਲ ਪਾਰਕ ਆਪਣੀ ਮਿਕਸਡ ਹੈਰੀਟੇਜ ਸਾਈਟ ਦੇ ਵਿੱਚੋਂ ਇੱਕ ਹੈਗੀ ਹੈ। ਠੀਕ ਹੈ, ਯਾਦ ਰੱਖਣਾ। ਅੱਛਾ, ਹੁਣ ਕਿਉਂਕਿ 43 ਟੋਟਲ ਸਾਈਟਸ ਨੇ, ਹੁਣ ਆਪਾਂ 43 ਦੇ 43 ਸਾਈਟਸ ਨਹੀਂ ਯਾਦ ਕਰਾਂਗੇ, ਬਟ ਜਿਹੜੀਆਂ ਰੀਸੈਂਟ ਬਣੀਆਂ ਨੇ ਉਹ ਆਪਾਂ ਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਨੇ। ਤਾਂ ਰੀਸੈਂਟ ਇੱਕ 2021 'ਚ ਬਣੀ ਸੀਗੀ, ਯਾਦ ਹੋਊਗਾ ਮਾਈਟ ਵੀ ਤੁਹਾਨੂੰ, ਟੋਲਾਵੀਰਾ। ਇਹ ਕਿੱਥੇ ਹੈਗੀ ਹੈ? ਗੁਜਰਾਤ। ਉਸ ਤੋਂ ਬਾਅਦ ਹੋਰ ਕਿਹੜੀ ਬਣੀ ਹੈ ਆਪਣੇ ਪਾਸ? ਸ਼ਾਂਤੀ ਨਿਕੇਤਨ, ਹੈ ਨਾ, ਸ਼ਾਂਤੀ ਨਿਕੇਤਨ। ਇਹ ਕਿੱਥੇ ਹੈਗੀ ਹੈ? ਵੈਸਟ ਬੰਗਾਲ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਆਪਣੇ ਪਾਸ ਟੈਂਪਲ ਕਰਕੇ ਸੀਗੇ, ਹੌਸਲਿਆ ਟੈਂਪਲਸ, ਹੈ ਨਾ, ਹੌਸਲਿਆ ਟੈਂਪਲਸ ਇਨ ਬੈਲੂਰ। ਇਹ ਕਿੱਥੇ ਹੈਗਾ ਆਪਣੇ ਪਾਸ? ਕਰਨਾਟਕਾ। ਔਰ ਲਾਸਟ ਜਿਹੜੀ ਰੀਸੈਂਟ ਬਣੀ ਹੈਗੀ ਹੈ ਕਿਹੜੇ ਸੀਗੇ? ਮੋਦੀਅਮਸ, ਹੈ ਨਾ, ਮੋਦੀਅਮਸ ਐਂ ਜੀ ਕਰਕੇ ਹੈ, ਸਪੈਲਿੰਗ ਦੇਖ ਲਿਓ। ਇਹ ਕਿੱਥੇ ਹੈਗੀ ਹੈ? ਅਸਾਮ। ਇਹ ਰੀਸੈਂਟ ਹੈਗੀ ਆ, ਇਹ 2024 ਦੇ ਵਿੱਚ ਬਣੀ ਹੈਗੀ ਹੈ। ਠੀਕ ਹੈ, ਇਹ ਦੋਨੋਂ 2023 'ਚ ਬਣੀਆਂ ਹੈਗੀਆਂ ਨੇ, ਔਰ ਇਹ ਕਦੋਂ ਬਣੀ ਹੈ? 2021 'ਚ ਬਣੀ ਹੈ, 2022 'ਚ ਕੋਈ ਨਹੀਂ ਹੈਗੀ, ਯਾਦ ਰੱਖੋਗੇ। ਹੁਣ ਇਹ ਕੀ ਹੈਗਾ, ਜਿਹੜੇ ਮੋਦੀਅਮਸ ਜੋ ਵੀ ਪ੍ਰੋਨਾਂਸ ਤੁਸੀਂ ਕਰਦੇ ਹੈਗੇ ਹੋ, ਕੀ ਹੈਗੇ ਨੇ? ਇਹ ਐਕਚੁਅਲ ਦੇ ਵਿੱਚ ਮਾਊਂਟਸ ਹੈਗੇ ਨੇ, ਮਾਊਂਟਸ ਵੈਲੀ ਕਹਿ ਸਕਦੇ ਹਾਂ ਆਪਾਂ। ਮਾਊਂਟਸ ਕੀ ਹੁੰਦੇ ਨੇ? ਜਿੱਥੇ ਦਫਨਾਇਆ ਜਾਂਦਾ ਹੈਗਾ ਨਾ, ਵੱਡੇ ਵੱਡੇ ਮਾਊਂਟਸ ਟਾਈਪ ਬਣਾ ਦਿੱਤੇ ਜਾਂਦੇ ਨੇ। ਇਹ ਕਿਹੜੀ
ਡਾਇਨੈਸਟੀ ਦੇ ਹੈਗੇ ਨੇ। ਅਸਾਮ ਦੀ ਇੱਕ ਡਾਇਨੈਸਟੀ ਹੋਈ ਹੈ ਜਿਹਦਾ ਨਾਮ ਸੀਗਾ ਅਹੋਮ ਡਾਇਨੈਸਟੀ। ਅਹੋਮ ਡਾਇਨੈਸਟੀ ਦੇ ਮਾਊਂਟਸ ਹੈਗੇ ਨੇ ਜਿਹਨਾਂ ਨੂੰ ਕੀ ਦਿੱਤਾ ਗਿਆ, ਯੂਨੈਸਕੋ ਨੇ ਆਪਣੀ ਇੱਕ ਕਲਚਰਲ ਸਾਈਟ ਦਾ ਦਰਜਾ ਜਿਹੜਾ ਉਹ ਦਿੱਤਾ ਹੈਗਾ। ਕਲੀਅਰ, ਤਾਂ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ। ਢੋਲਾਵੀਰਾ ਰੀਸੈਂਟ ਹੈਗੀ ਹੈ, ਗੁਜਰਾਤ ਦੇ ਵਿੱਚ ਸੀਗੀ, ਉਸ ਤੋਂ ਬਾਅਦ ਸ਼ਾਂਤੀ ਨਿਕੇਤਨ ਵੈਸਟ ਬੰਗਾਲ 'ਚ ਬਣੀ ਹੈਗੀ ਹੈ, ਫਿਰ ਹੌਸਲਿਆ ਟੈਂਪਲ ਇਹ ਇਨ ਬੈਲੂਰ ਕਰਨਾਟਕਾ ਦੇ ਵਿੱਚ, ਇੱਕ ਲਾਸਟ ਜਿਹੜੀ ਹੁਣ 2024 'ਚ ਬਣੀ ਹੈਗੀ ਆ ਮੋਦੀਅਮਸ, ਇਹ ਕਿੱਥੇ ਹੈਗੀ ਆ ਅਸਾਮ, ਇਹ ਅਹੋਮ ਡਾਇਨੈਸਟੀ ਤੋਂ ਬਿਲੋਂਗ ਹੈ ਜਿਹੜਾ ਉਹ ਕਰਦੇ ਹੈਗੇ ਨੇ। ਹੁਣ ਅਗਲਾ ਕੁਸ਼ਚਨ ਆਪਣਾ, ਕੀ ਇੰਡੀਆ ਯੂਨੈਸਕੋ ਦਾ ਮੈਂਬਰ ਹੈਗਾ ਜਾਂ ਨਹੀਂ ਹੈਗਾ, ਤਾਂ ਇਹ ਬਹੁਤ ਇੰਪੋਰਟੈਂਟ ਹੈਗਾ। ਇੰਡੀਆ ਕਿਹਦਾ ਕਿਹਦਾ ਹੈਗਾ, ਤਾਂ ਹਾਂਜੀ ਇੰਡੀਆ ਯੂਨੈਸਕੋ ਦਾ ਵੀ ਕੀ ਹੈਗਾ ਆਪਣੇ ਪਾਸ ਮੈਂਬਰ ਕੰਟਰੀ ਹੈ ਜਿਹੜਾ ਉਹ ਹੈਗਾ ਹੈ। ਕਲੀਅਰ, ਯਾਦ ਰਹੂਗਾ। ਤਾਂ ਹੁਣ ਥੋੜ੍ਹਾ ਆਪਾਂ ਦੇਖ ਲਈਆ ਕਿ ਆਪਾਂ ਨੇ ਕਿਹੜੇ ਕਿਹੜੇ ਕਰ ਲਏ, ਆਪਾਂ ਨੇ ਵਰਲਡ ਬੈਂਕ ਵੀ ਕਰ ਲਿਆ, ਆਪਾਂ ਨੇ IMF ਵੀ ਕਰ ਲਿਆ, ਇਸ ਤੋਂ ਬਾਅਦ ਆਪਾਂ ਨੇ ਨਾਟੋ ਵੀ ਕਰ ਲਿਆ, ਉਸ ਤੋਂ ਬਾਅਦ ਆਪਣੇ ਪਾਸ ਆ ਗਿਆ FATF ਕਰ ਲਿਆ, ਐਂਡ ਦੈਨ ਯੂਨੈਸਕੋ। ਠੀਕ ਹੈ, ਤਾਂ ਆਪਾਂ ਟੋਟਲ 5 ਹੈ ਜਿਹੜਾ ਉਸਨੂੰ ਕਵਰ ਕਰ ਚੁੱਕੇ ਹੈਗੇ ਆ। ਕਲੀਅਰ, ਚਲੋ ਹੁਣ ਆਪਾਂ ਅੱਗੇ ਚੱਲਦੇ ਹੈਗੇ ਹਾਂ। ਨੈਕਸਟ ਇੰਪੋਰਟੈਂਟ ਜਿਹੜੀ ਔਰਗੇਨਾਈਜੇਸ਼ਨ ਹੈਗੀ ਹੈ ਉਹ ਆਪਣੀ ਹੈਗੀ ਹੈ ADB। ਇਹਦੇ ਵਿੱਚ ਕੁਛ ਖਾਸ ਨਹੀਂ ਹੈਗਾ, ਕੁਛ ਇੰਪੋਰਟੈਂਟ ਫੈਕਟ ਸੀ ਆਪਾਂ ਨੇ ਯਾਦ ਰੱਖਣੇ ਨੇ। ਅੱਛਾ, ਯੂਨੈਸਕੋ ਕਦੋਂ ਬਣਿਆ ਹੈਗਾ, ਪਤਾ ਕਿਸੇ ਨੂੰ ਯੂਨੈਸਕੋ ਕਦੋਂ ਬਣਿਆ, ਇਹ ਤੁਹਾਡਾ ਹੋਮਵਰਕ ਹੈ। ਚਲੋ ADB ਬਾਰੇ ਗੱਲ ਕਰਦੇ ਹੈਗੇ ਹਾਂ, ਤਾਂ ADB ਕਦੋਂ ਬਣਿਆ ਹੈਗਾ, ADB ਬਣਿਆ ਹੈਗਾ 1966 ਦੇ ਵਿੱਚ, ਹੋਪਫੁਲੀ ਮੈਂ ਰੋਂਗ ਨਹੀਂ ਹੈ, 1966 ਦੇ ਵਿੱਚ ਆਪਣਾ ਏਸ਼ੀਅਨ ਡੈਵਲਪਮੈਂਟ ਬੈਂਕ ਹੈ ਜਿਹੜਾ ਉਹ ਬਣਿਆ ਹੈਗਾ। ਹੁਣ ਇਹਦੇ ਬਾਰੇ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ, ਹੈੱਡਕੁਆਟਰ ਕਿੱਥੇ ਹੈਗਾ ਇਹਦਾ, ਮਨੀਲਾ ਕਿੱਥੇ ਹੈਗੀ ਹੈ ਜੀ, ਫਿਲੀਪੀਨਸ ਜੋ ਵੀ ਤੁਸੀਂ ਕਹਿੰਦੇ ਹੋ, ਫਿਲੀਪੀਨਸ ਦੇ ਵਿੱਚ ਹੈਗਾ। ਕੀ ਇੰਡੀਆ ਇਹਦਾ ਮੈਂਬਰ ਹੈਗਾ, ਹਾਂਜੀ ਇੰਡੀਆ ਇਸਦਾ ਵੀ ਮੈਂਬਰ ਹੈਗਾ ਹੈ। ਅਤੇ ਟੋਟਲ ਨੰਬਰ ਆਫ ਜਿਹੜੇ ਇਹਦੇ ਮੈਂਬਰ ਕੰਟਰੀਜ਼ ਹੈਗੇ ਨੇ ਕਿੰਨੇ ਹੈਗੇ ਨੇ, ਟੋਟਲ ਨੰਬਰ ਆਫ ਮੈਂਬਰ ਕੰਟਰੀਜ਼ ਇਹਦੇ ਹੈਗੇ ਨੇ 68। ਠੀਕ ਹੈ, ਇਹਦੇ ਵਿੱਚ ਕੁਛ ਜ਼ਿਆਦਾ ਡਾਟਾ ਨਹੀਂ ਹੈਗਾ, ਤਾਂ ਇਸਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਇੱਕ ਰਹਿ ਗਈ ਆਪਣੀ, ਇਸ ਤੋਂ ਪਹਿਲਾਂ ਆਪਾਂ ਨੇ ਕਰਨੀ ਸੀ ਸਭ ਤੋਂ ਇੰਪੋਰਟੈਂਟ ਤੁਹਾਡੇ ਲੇਬਰ ਇੰਸਪੈਕਟਰ ਦੇ ਲਈ, ਜਿਹਦਾ ਨਾਮ ਹੈਗਾ ILO, ਇੰਟਰਨੈਸ਼ਨਲ ਲੇਬਰ ਔਰਗੇਨਾਈਜੇਸ਼ਨ। ਇੰਟਰਨੈਸ਼ਨਲ ਲੇਬਰ ਔਰਗੇਨਾਈਜੇਸ਼ਨ ਕਦੋਂ ਬਣੀ ਹੈਗੀ ਹੈ, 1919 ਦੇ ਵਿੱਚ ਇਹ ਬੋਡੀ ਹੈ ਜਿਹੜੀ ਉਹ ਬਣੀ ਹੈਗੀ ਹੈ। ਇਹਦਾ ਜਿਹੜਾ ਹੈੱਡਕੁਆਟਰ ਹੈਗਾ ਉਹ ਕਿੱਥੇ ਹੈਗਾ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਹੈੱਡਕੁਆਟਰ ਹੈ ਜਿਹੜਾ ਉਹ ਹੈਗਾ ਹੈ। ਕਲੀਅਰ, ਅੱਛਾ ਕੀ ਇੰਡੀਆ ਇਸਦਾ ਮੈਂਬਰ ਹੈਗਾ ਹੈ, ਹਾਂਜੀ ਇੰਡੀਆ ਇਸਦਾ ਮੈਂਬਰ ਹੈ ਜਿਹੜਾ ਉਹ ਹੈਗਾ ਹੈ। ਹੁਣ ਇੰਪੋਰਟੈਂਟ ਇੱਥੋਂ ਕੀ ਕੁਸ਼ਚਨ ਬਣ ਸਕਦਾ ਹੈਗਾ, ਵੈਸੇ ਤਾਂ ਆਪਾਂ ਦੇਖਦੇ ਹਾਂ ਕਿ ਪੇਪਰ 'ਚ ਇਹਦਾ ਹੈੱਡਕੁਆਟਰ ਸਿੱਧਾ ਪੁੱਛ ਲਿਆ ਜਾਂਦਾ ਕਿ ਇੰਟਰਨੈਸ਼ਨਲ ਲੇਬਰ ਔਰਗੇਨਾਈਜੇਸ਼ਨ ਦਾ ਜਿਹੜਾ ਹੈੱਡਕੁਆਟਰ ਹੈਗਾ ਉਹ ਕਿੱਥੇ ਹੈ, ਜਨੇਵਾ ਸਵਿਟਜ਼ਰਲੈਂਡ। ਬਟ ਇਹਦੇ ਵਿੱਚ ਕੁਛ ਇੰਪੋਰਟੈਂਟ ਹੋਰ ਵੀ ਚੀਜ਼ਾਂ ਨੇ। ਦੇਖੋ ਇਹ ਯੂਨਾਈਟਿਡ ਨੇਸ਼ਨ ਦੀ ਇੱਕ ਇੱਦਾਂ ਦੀ ਇਕਲੌਤੀ ਜਾਂ ਓਨਲੀ ਔਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਟ੍ਰਾਪੇਟਾਈਟ ਪ੍ਰਿੰਸੀਪਲ ਦੇ ਉੱਪਰ ਕੀ ਕਰਦੀ ਹੈਗੀ ਹੈ, ਵਰਕ ਕਰਦੀ ਹੈਗੀ ਹੈ। ਠੀਕ ਹੈ, ਹੁਣ ਟ੍ਰਾਪੇਟਾਈਟ ਦਾ ਮਤਲਬ ਕੀ ਹੈਗਾ ਕਿ ਇੱਥੇ 3 ਪਾਰਟੀਜ਼ ਦੇ ਨੂੰ ਇਨਵੋਲਵ ਕੀਤਾ ਜਾਂਦਾ। ਹੁਣ ਉਹ 3 ਪਾਰਟੀਜ਼ ਕਿਹੜੀਆਂ ਕਿਹੜੀਆਂ ਨੇ, ਇਹਦੇ ਵਿੱਚੋਂ ਇੱਕ ਤਾਂ ਗਵਰਨਮੈਂਟ ਹੋਗੀ, ਠੀਕ ਹੈ, ਦੂਸਰਾ ਇੰਪਲੋਇਜ਼ ਹੋ ਗਏ, ਅਤੇ ਤੀਸਰਾ ਆਪਣੇ ਪਾਸ ਕਿਹੜੇ ਹੋ ਗਏ, ਵਰਕਰਸ। ਹੁਣ ਕਿਉਂਕਿ ਤੁਹਾਨੂੰ ਪਤਾ ਹੋਊਗਾ ਇੱਕ ਲੇਬਰ ਔਰਗੇਨਾਈਜੇਸ਼ਨ ਹੈ, ਤਾਂ ਓਵਰਆਲ
ਵਰਲਡ ਦੇ ਵਿੱਚ ਜਿੰਨੇ ਵੀ ਲੇਬਰਸ ਨੂੰ ਲੈ ਕੇ ਕੋਈ ਵੀ ਪ੍ਰਿੰਸੀਪਲ ਹੈਗਾ ਜਾਂ ਰਾਈਟਸ ਹੈਗੇ ਨੇ ਉਹਦੇ ਉੱਪਰ ਇਹ ਇੱਕ ਇੰਟਰਨੈਸ਼ਨਲ ਲੈਵਲ 'ਤੇ ਇਹ ਬੋਡੀ ਹੈ ਜਿਹੜੀ ਵਰਕ ਕਰਦੀ ਹੈਗੀ ਆ। ਤਾਂ ਲੇਬਰ ਦੇ ਵਿੱਚ ਦੇਖੋ ਗਵਰਨਮੈਂਟ ਤਾਂ ਆਉਂਦੀ ਹੈਗੀ, ਇੰਪਲੋਈਜ਼ ਵੀ ਆ ਗਏ ਅਤੇ ਵਰਕਰ ਵੀ। ਤਾਂ ਇਹ ਕਈ ਵਾਰ ਪੁੱਛਿਆ ਜਾ ਸਕਦਾ ਕਿ UN ਦੀ ਓਨਲੀ ਇੱਦਾਂ ਦੀ ਕਿਹੜੀ ਏਜੰਸੀ ਹੈਗੀ ਹੈ ਜਿਹੜੀ ਕਿ ਟ੍ਰਾਪਾਟਾਈਟ ਪ੍ਰਿੰਸੀਪਲ ਦੇ ਉੱਪਰ ਵਰਕ ਕਰਦੀ ਹੈਗੀ ਹੈ। ਤਾਂ ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਹੈ। ਟ੍ਰਾਪਾਟਾਈਟ ਦੇ ਮਤਲਬ ਤਿੰਨ ਕਿਹੜੇ ਕਿਹੜੇ ਉਹ ਹੈਗੇ ਨੇ, ਇੱਕ ਸਰਕਾਰ ਹੋ ਗਈ, ਗਵਰਨਮੈਂਟਸ ਹੋ ਗਈਆਂ, ਇੰਪਲੋਈਜ਼ ਹੋ ਗਈ, ਵਰਕਰਸ, ਤਿੰਨਾਂ ਨੂੰ ਕੋਲੈਬ ਕਰਕੇ ਇੱਕ ਮੇਜਰ ਕੋਈ ਰੂਲਸ ਬਣਾਉਣੇ, ਰੈਗੂਲੇਸ਼ਨ ਬਣਾਉਣੇ। ਇਹ ਕੀ ਹੈਗਾ ILO ਦਾ ਮੇਜਰ ਕੀ ਹੈਗਾ ਪਰਪਸ ਹੈ, ਉਹ ਹੈਗਾ ਹੈ। ਕਲੀਅਰ? ਅੱਛਾ, ਹੁਣ ਸਭ ਤੋਂ ਇੰਪੋਰਟੈਂਟ ਕੁਐਸਚਨ ਨੂੰ ਤੁਸੀਂ ਯਾਦ ਰੱਖਣਾ ਹੈਗਾ, ਇਹਦੀਆਂ 8 ਕੋਰ ਕਨਵੈਨਸ਼ਨਸ ਨੇ, ਠੀਕ ਹੈ, 8 ਕੋਰ ਕਨਵੈਨਸ਼ਨਸ ਨੇ ਕਿਹਦੀਆਂ, ILO ਦੀਆਂ। ਹੁਣ ਗੱਲ ਆਉਂਦੀ ਹੈ ਕਿ ਇਹ ਕੀ ਚੀਜ਼ ਹੈ। ਦੇਖੋ ਜਿਵੇਂ ਕਿਸੇ ਵੀ ਔਰਗਨਾਈਜੇਸ਼ਨ ਦੇ ਕੁਝ ਪ੍ਰਿੰਸੀਪਲਸ ਹੁੰਦੇ ਨੇ, ਤਾਂ ਇਹਦੇ ਵੀ ਇੱਦਾਂ ਕਰਕੇ ਕੁਝ ਪ੍ਰਿੰਸੀਪਲਸ ਨੇ ਜਿਹਨੂੰ ਆਪਾਂ ਕਨਵੈਨਸ਼ਨ ਦਾ ਨਾਮ ਦੇ ਦਿੰਦੇ ਹਾਂ। ਔਰ ਇੰਡੀਆ ਨੇ ਇਹਦੇ ਵਿੱਚੋਂ ਸਿਰਫ ਔਰ ਸਿਰਫ 6 ਕੋਰ ਇਨਵੈਨਸ਼ਨ ਨੂੰ ਕੀ ਕੀਤਾ ਹੋਇਆ ਹੈਗਾ, ਸਾਈਨ ਕੀਤਾ ਹੋਇਆ। 2 ਜਿਹੜੀਆਂ ਕਨਵੈਨਸ਼ਨ ਨੇ ਉਹਨਾਂ ਨੂੰ ਸਾਈਨ ਹੈ ਜਿਹੜਾ ਨਹੀਂ ਕੀਤਾ ਹੋਇਆ। ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਤੁਹਾਡੇ ਐਗਜ਼ਾਮ ਦੇ ਲਈ, ਠੀਕ ਹੈ। ਹੁਣ 6 ਕੋਰ ਕਨਵੈਨਸ਼ਨ ਦੇਖੋ ਕਿਸ ਤਰੀਕੇ ਦੀਆਂ ਕਨਵੈਨਸ਼ਨਸ ਨੇ। ਦੇਖੋ ਕਨਵੈਨਸ਼ਨ ਕਿੱਦਾਂ ਨੇ, ਜਿਵੇਂ ਫੋਰਸਡ ਲੇਬਰ ਕਨਵੈਨਸ਼ਨ ਹੋ ਗਈ ਇੱਕ, ਠੀਕ ਹੈ, ਵੀ ਧੱਕੇ ਨਾਲ ਕੋਈ ਕਿਤੇ ਜਬਰੀ ਮਜ਼ਦੂਰੀ ਤਾਂ ਨਹੀਂ ਕਰਵਾਈ ਜਾ ਰਹੀ, ਠੀਕ ਹੈ। ਇੱਕ ਚਾਈਲਡ ਲੇਬਰ ਕਨਵੈਨਸ਼ਨ ਹੋ ਗਈ, ਠੀਕ ਹੈ। ਇਸ ਕਨਵੈਨਸ਼ਨ 'ਚ ਕੀ ਹੋਊਗਾ, ਚਾਈਲਡ ਲੇਬਰ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਕਾਨੂੰਨ ਲਾਜ਼ ਬਣਾਏ ਹੋਣਗੇ, ਪਨਿਸ਼ਮੈਂਟਸ ਹੋਊਗਾ, ਠੀਕ ਹੈ। ਇੱਕ ਈਕੁਅਲ ਰਿਮਨਰੇਸ਼ਨ ਦੇ ਉੱਪਰ, ਜਿਹੜਾ ਕਿ ਆਪਣੇ DPSP ਦੇ ਵਿੱਚ ਵੀ ਆਉਂਦਾ ਹੈਗਾ। ਈਕੁਅਲ ਰਿਮਨਰੇਸ਼ਨ ਦਾ ਮਤਲਬ ਕੀ ਹੈਗਾ, ਮੇਲ ਔਰ ਫੀਮੇਲ ਨੂੰ ਈਕੁਅਲ ਟਾਈਪ ਦਾ ਕੀ ਮਿਲੇ, ਪੈਸਾ ਮਿਲੇ, ਠੀਕ ਹੈ। ਮਤਲਬ ਜੋ ਵੀ ਹੈ ਪੈਸਾ ਆਪਾਂ ਦਿੰਦੇ ਹੈਗੇ ਹਾਂ। ਤਾਂ ਉਹ ਚੀਜ਼ਾਂ ਨੇ, ਇਹ ਕੁਛ ਇੰਪੋਰਟੈਂਟ ਨੇ, ਬਟ ਆਪਣੇ ਲਈ ਦੇਖੋ 8 ਦੇ 8 ਇੱਕ ਵਾਰ ਤੁਸੀਂ ਜੇ ਗੋ ਥਰੂ ਹੋਣਾ ਦੇਖ ਲਿਓ, ਵੈਸੇ ਇੰਨਾ ਇੰਪੋਰਟੈਂਟ ਨਹੀਂ। ਬਟ ਆਪਣੇ ਲਈ ਕਿਹੜੇ 2 ਕਨਵੈਨਸ਼ਨ ਨੇ ਜਿਹਨਾਂ ਨੇ ਇੰਡੀਆ, ਮਤਲਬ ਇੰਡੀਆ ਨੇ ਜਿਹਨਾਂ ਨੂੰ ਸਾਈਨ ਨਹੀਂ ਕੀਤਾ ਹੈਗਾ, ਠੀਕ ਹੈ, ਉਹ ਆਪਣੇ ਲਈ ਇੰਪੋਰਟੈਂਟ ਹੈਗੇ ਨੇ। ਉਹਦੇ ਵਿੱਚ ਇੱਕ ਹੈਗਾ ਆਪਣੇ ਪਾਸ, ਪਹਿਲੇ ਦਾ ਨਾਮ ਹੈਗਾ राइट टू ऑर्गेनाइज एसोसिएशन, समथिंग ऐदा करके कुछ नाम हैगा, मेरे दिमाग से एक मिनट निकल गया, देखियो जरा की है। राइट टू ऑर्गेनाइजेशन, एक बारगेनिंग एसोसिएशन, हाँ एक हैगा ਬਾਰਗੇਨਿੰਗ ਐਸੋਸੀਏਸ਼ਨ, ਬਾਰਗੇਨ ਕਰਨਾ, ਵੀ ਮਤਲਬ ਕੋਈ ਲੇਬਰ ਕਰ ਰਿਹਾ ਉਹਦੇ ਵਿੱਚ ਆਪਾਂ ਬਾਰਗੇਨਿੰਗ ਕਰਨਾ, ਠੀਕ ਹੈ। ਤਾਂ ਇੱਕ ਬਾਰਗੇਨਿੰਗ ਐਸੋਸੀਏਸ਼ਨ ਹੋ ਗਈ, ਇੱਕ ਫਰੀਡਮ ਹੈਗਾ ਇੱਥੇ, ਠੀਕ ਹੈ, ਇਹਦਾ ਨਾਮ ਹੈਗਾ ਫਰੀਡਮ ਟੂ ਔਰਗੇਨਾਈਜ਼ ਐਸੋਸੀਏਸ਼ਨ, ਠੀਕ ਹੈ, ਫਰੀਡਮ ਟੂ ਔਰਗੇਨਾਈਜ਼ ਐਸੋਸੀਏਸ਼ਨ ਕਰਕੇ ਕੁਛ ਨਾਮ ਹੈਗਾ। ਇਹਨਾਂ 2 ਕਨਵੈਨਸ਼ਨ ਨੂੰ ਇੰਡੀਆ ਨੇ ਕੀ ਨਹੀਂ ਕੀਤਾ ਹੈਗਾ, ਸਾਈਨ ਨਹੀਂ ਕੀਤਾ ਹੈਗਾ। ਬਾਕੀ ਜਿਹੜੀਆਂ 6 ਕਨਵੈਨਸ਼ਨਸ ਹੈਗੀਆਂ ਨੇ ਇੰਡੀਆ ਨੇ ਉਹਨਾਂ ਨੂੰ ਸਾਈਨ ਹੈ ਜਿਹੜਾ ਉਹ ਕੀਤਾ ਹੋਇਆ ਹੈਗਾ। ਤਾਂ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਸਿੱਧਾ ਪੁੱਛ ਲੈਂਦਾ ਕਿ ILO ਦੇ ਵਿੱਚ ਕਿੰਨੀਆਂ ਨੰਬਰ ਆਫ ਕਨਵੈਨਸ਼ਨਸ ਹੈਗੀਆਂ ਨੇ ਇੰਡੀਆ ਨੇ ਜਿਹਨਾਂ ਨੂੰ ਸਾਈਨ ਕੀਤਾ ਨਹੀਂ ਕੀਤਾ ਹੋਇਆ। ਤਾਂ 2 ਕਨਵੈਨਸ਼ਨ, 6 ਨੂੰ ਸਾਈਨ ਕੀਤਾ ਹੋਇਆ। ਟੋਟਲ ਨੰਬਰ ਆਫ ਕਨਵੈਨਸ਼ਨ ਕਿੰਨੀਆਂ ਹੈਗੀਆਂ ਨੇ ਆਪਣੇ ਪਾਸ, 8 ਕਨਵੈਨਸ਼ਨਸ ਨੇ ਉਹ ਹੈਗੀਆਂ ਨੇ। ਕਲੀਅਰ? ਤਾਂ
ਇੰਡੀਆ ਇਹਦਾ ਮੈਂਬਰ ਹੈਗਾ। ਹੈੱਡਕੁਆਟਰ ਕਿੱਥੇ ਹੈਗਾ? ਹੈੱਡਕੁਆਟਰ ਹੈਗਾ ਆਪਣਾ ਕਿੱਥੇ? ਜਨੇਵਾ ਸਵਿਟਜ਼ਰਲੈਂਡ ਦੇ ਵਿੱਚ। ਕਲੀਅਰ? ਚਲੋ ਹੁਣ ਆਪਾਂ ਨੈਕਸਟ ਦੇਖਦੇ ਹੈਗੇ ਹਾਂ, ਆਪਣੀ ਨੈਕਸਟ ਔਰਗਨਾਈਜੇਸ਼ਨ ਕਿਹੜੀ ਹੈਗੀ ਹੈ, ਇੰਪੋਰਟੈਂਟ ਹੈਗੀ ਹੈ, G7, ਗਰੁੱਪ ਆਫ 7 ਕੰਟਰੀਜ਼। ਹੁਣ ਦੇਖੋ ਇਹ ਜਿਹੜਾ G7 ਹੈਗਾ, ਇਹ ਕਿਸੇ ਟਾਈਮ ਦੇ ਉੱਪਰ ਕੀ ਸੀਗਾ? ਸਭ ਤੋਂ ਪਹਿਲਾਂ ਜਦੋਂ 1975 'ਚ ਓਰੀਜਨੇਸ਼ਨ ਹੋਇਆ ਇਹਦਾ, ਔਰ ਇਹ ਸਟਾਰਟਿੰਗ ਦੇ ਵਿੱਚ ਕਿੰਨੇ ਸੀਗੇ? G6 ਸੀਗੇ। ਠੀਕ ਹੈ, ਪਹਿਲਾਂ ਇਹ G6 ਸੀ। ਪਹਿਲਾਂ ਆਪਾਂ ਥੋੜ੍ਹਾ ਜਿਹਾ ਮੈਂਬਰ ਕੰਟਰੀਜ਼ ਕਿਹੜੀਆਂ ਕਿਹੜੀਆਂ ਨੇ ਉਹਨਾਂ ਨੂੰ ਦੇਖ ਲੈਂਦੇ ਹਾਂ। ਤਾਂ ਉਹਦੀ ਇੱਕ ਟ੍ਰਿਕ ਹੈਗੀ ਆਪਾਂ ਨੇ ਬਣਾਈ ਹੋਈ ਹੈ, ਜਿਸਨੂੰ ਕੀ ਬੋਲਦੇ ਹਾਂ, ਜੱਗ ਫਿਸਲ ਗਿਆ। ਠੀਕ ਹੈ, ਆਹ ਸਾਰੇ ਛੋਟੇ ਨੇ, ਇਹਨਾਂ ਨੂੰ ਆਪਾਂ ਇਗਨੋਰ ਕਰਨਾ ਹੈਗਾ। ਤਾਂ ਜੇ ਤੋਂ ਕਿਹੜਾ ਹੈਗਾ ਆਪਣੇ ਪਾਸ? ਜਪੈਨ। ਯੂ ਤੋਂ ਕੀ ਹੈਗਾ? ਇੱਕ ਤਾਂ UK ਹੈਗਾ, ਔਰ ਦੂਸਰਾ ਕਿਹੜਾ ਹੈਗਾ? USA ਹੈਗਾ। ਇਹ ਹੈਗਾ ਜਰਮਨੀ, ਇਹ ਹੈਗਾ ਫਰਾਂਸ, ਔਰ ਇਹ ਕੀ ਹੈਗਾ? ਇਟਲੀ। ਇੰਡੀਆ ਨਹੀਂ ਹੈਗਾ, ਠੀਕ ਹੈ, ਯਾਦ ਰੱਖਣਾ। ਔਰ ਇਹ ਕੀ ਹੈਗਾ ਆਪਣੇ ਪਾਸ? ਕੈਨੇਡਾ, ਨੋਟ ਚਾਈਨਾ, ਇਟਸ ਕੈਨੇਡਾ। ਠੀਕ ਹੈ, ਤਾਂ ਇਹ ਟੋਟਲ 7 ਮੈਂਬਰ ਕੰਟਰੀਜ਼ ਹੈਗੀਆਂ ਨੇ ਜਿਹੜੀਆਂ ਕਿ ਗਰੁੱਪ ਆਫ 7 'ਚ ਐਟ ਪ੍ਰੈਜੈਂਟ ਹੈਗੀਆਂ ਨੇ। ਕਿਸੇ ਟਾਈਮ 'ਤੇ ਇਹ G8 ਵੀ ਸੀਗਾ। ਠੀਕ ਹੈ, G8 ਵੀ ਸੀਗਾ। 8th ਜਿਹੜਾ ਮੈਂਬਰ ਸੀਗਾ ਉਹ ਕਿਹੜਾ ਸੀਗਾ? ਰਸ਼ੀਆ ਸੀ। ਔਰ ਉਸ ਤੋਂ ਬਾਅਦ ਰਸ਼ੀਆ ਨੇ ਜਦੋਂ ਕ੍ਰੀਮੀਆ ਦੇ ਉੱਪਰ ਐਨੈਕਸੇਸ਼ਨ ਕਰ ਲਿਆ ਸੀਗਾ, ਤਾਂ ਇਸ ਨੂੰ ਇਹਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ। ਠੀਕ ਹੈ, ਇਹ ਤਾਂ ਇਹ ਯਾਦ ਰੱਖਣਾ, ਪਹਿਲਾਂ G8 ਸੀਗਾ, ਉਸ ਤੋਂ ਬਾਅਦ ਰਸ਼ੀਆ ਨੇ ਇਹਦੇ ਵਿੱਚੋਂ ਵਿਦਡਰਾਅ ਕਰ ਲਿਆ ਸੀ। ਉਹਦਾ ਕਾਰਨ ਇਹ ਸੀਗਾ ਕਿ ਰਸ਼ੀਆ ਨੇ ਕ੍ਰੀਮੀਆ ਦੇ ਉੱਪਰ ਐਨੈਕਸੇਸ਼ਨ ਕਰ ਲਿਆ ਸੀਗਾ। ਹੁਣ G6, ਕਿਉਂਕਿ ਸਟਾਰਟਿੰਗ ਜਦੋਂ ਫਾਊਂਡਿੰਗ ਹੋਈ ਹੈਗੀ ਆ ਉਸ ਟਾਈਮ ਦੇ ਵਿੱਚ 6 ਹੀ ਮੈਂਬਰ ਕੰਟਰੀ ਸੀਗੀਆਂ, ਉਹਦੇ ਵਿੱਚੋਂ ਇੱਕ ਕਿਹੜੀ ਨਹੀਂ ਸੀ ਜਿਹੜੀ ਲੇਟਰ ਔਨ ਜੁਆਇਨ ਹੋਈ ਹੈ? ਉਹ ਹੈਗੀ ਆ ਕੈਨੇਡਾ। ਔਰ ਇੰਡੀਆ G7 ਦਾ ਮੈਂਬਰ ਨਹੀਂ ਹੈਗਾ। ਇੱਕ ਇਹਦੇ ਨਾਲ ਹੀ ਮਿਲਦਾ ਜੁਲਦਾ ਗਰੁੱਪ ਹੈਗਾ ਕਿ G20। ਤਾਂ ਇਹ ਯਾਦ ਰੱਖਣਾ ਹੈਗਾ ਕਿ ਇੰਡੀਆ G20 ਦਾ ਤਾਂ ਮੈਂਬਰ ਹੈਗਾ ਏ, ਪਰ ਇੰਡੀਆ G7 ਦਾ ਮੈਂਬਰ ਨਹੀਂ ਹੈਗਾ। ਤਾਂ G7 ਦੇ ਵਿੱਚ 7 ਕੰਟਰੀ ਕਿਹੜੇ ਕਿਹੜੇ ਨੇ? ਜਪੈਨ ਹੋ ਗਿਆ, UK ਹੋ ਗਿਆ, US ਹੋ ਗਿਆ, ਜਰਮਨੀ, ਫਰਾਂਸ, ਇਟਲੀ ਐਂਡ ਕੈਨੇਡਾ। ਇਹ 7 ਮੈਂਬਰ ਕੰਟਰੀ ਹੈਗੇ ਨੇ। ਅੱਛਾ, ਇਹ ਦੱਸੋ ਕਿ G7 ਦਾ ਕੋਈ ਸੈਕਟਰੀਏਟ ਹੈਗਾ ਏ, ਮਤਲਬ ਹੈੱਡਕੁਆਟਰ ਹੈਗਾ ਏ? ਨਹੀਂ, G7 ਦਾ ਕੋਈ ਵੀ ਹੈੱਡਕੁਆਟਰ ਨਹੀਂ ਹੈਗਾ। ਇਹ ਇੱਕ ਕੰਟਰੀਜ਼ ਦਾ ਇੱਕ ਗਰੁੱਪ ਹੈਗਾ ਜਿਹੜੀ ਕਿ ਹਰ ਸਾਲ ਕੀ ਕਰਦੇ ਨੇ, ਮੀਟਿੰਗਸ ਜਾਂ ਸਮਿਟਸ ਕੀ ਕੀਤੀਆਂ ਜਾਂਦੀਆਂ ਨੇ ਇਹਨਾਂ ਦੇ ਦੁਆਰਾ ਕੰਡਕਟ ਕੀਤੀਆਂ ਜਾਂਦੀਆਂ ਨੇ। ਔਰ ਇਸ ਸਾਲ ਇਹਨਾਂ ਦੀ ਕੀ ਸੀਗੀ? 50th ਐਨਵਰਸਰੀ ਸੀਗੀ। ਜੇ ਤੁਸੀਂ ਕਰੰਟ ਅਫੇਅਰ ਦੇ ਵਿੱਚ ਪੜ੍ਹਿਆ ਹੋਊਗਾ, 50th ਐਨਵਰਸਰੀ ਸੀਗੀ ਕਿਸ ਦੀ? G7 ਦੀ। ਕਦੋਂ ਬਣਿਆ ਇਹ? 1975 ਦੇ ਵਿੱਚ ਜਿਹੜਾ ਇਹ ਬਣਿਆ ਸੀਗਾ। ਕਲੀਅਰ ਹੋਇਆ? ਅੱਛਾ, ਹੁਣ 50th ਐਨਵਰਸਰੀ ਸੀਗੀ, ਔਰ ਜਿਹੜੀ ਇਹਦੀ ਮੀਟਿੰਗ ਹੋਈ ਹੈਗੀ ਆ ਉਹ ਕਿੱਥੇ ਹੋਈ ਸੀਗੀ? ਇਹਦੀ ਰੀਸੈਂਟਲੀ ਇਟਲੀ ਦੇ ਵਿੱਚ ਇਹਦੀ ਮੀਟਿੰਗ ਹੈ ਜਿਹੜੀ ਉਹ ਹੋਈ ਸੀਗੀ। ਔਰ ਇਹਦਾ ਮੇਜਰ ਥੀਮ ਕੀ ਸੀਗਾ, ਪਤਾ ਕਿਸੇ ਨੂੰ? ਮੇਜਰ ਥੀਮ ਇਹ ਸੀਗਾ, ਬ੍ਰਿਜ, ਕੁਛ ਇੱਦਾਂ ਕਰਕੇ, ਬ੍ਰਿਜ ਬਿਟਵੀਨ ਈਸਟ ਐਂਡ ਵੈਸਟ। ਮਤਲਬ ਮੇਰਾ ਇੱਕ ਸਮਝਾਉਣ ਦਾ ਪ੍ਰੋਪਰ ਇੱਥੇ ਪਰਪਸ ਹੈਗਾ ਕਿ ਜਿਹੜੀਆਂ ਈਸਟ ਅਤੇ ਵੈਸਟਰਨਸ ਕੰਟਰੀਜ਼ ਨੇ ਉਹਨਾਂ ਨੂੰ ਮਤਲਬ ਐਜ਼ ਅ ਬ੍ਰਿਜ ਦੇ ਰੂਪ 'ਚ ਕੰਮ ਕਰਨਾ। ਠੀਕ ਹੈ, ਉਹ ਚੀਜ਼ ਹੈਗੀ ਆ। ਤਾਂ ਇਟਲੀ 'ਚ ਰੀਸੈਂਟਲੀ ਮੀਟਿੰਗ ਹੋਈ ਸੀ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਵੀ ਅਟੈਂਡ ਕੀਤੀ ਸੀ। ਮਾਈਟ ਵੀ ਤੁਹਾਨੂੰ ਪਤਾ ਹੋਊਗੀ ਈਸਟ ਐਂਡ ਵੈਸਟ ਨੂੰ ਕਨੈਕਟ ਕਰਨਾ, ਇਹ ਕੀ ਸੀਗਾ ਮੇਜਰ ਇਹਨਾਂ ਦਾ, ਕੀ ਕਹਿ ਲਓ ਕਿ ਥੀਮ ਹੈ ਜਿਹੜਾ ਉਹ ਹੈਗਾ ਸੀਗਾ। ਕੋਈ ਆਪਣਾ ਇਹਨਾਂ ਦਾ ਕੀ ਨਹੀਂ ਹੈਗਾ, ਬੇਸਿਕਲੀ ਹੈੱਡਕੁਆਟਰ ਹੈ ਜਿਹੜਾ ਨਹੀਂ ਹੈਗਾ। ਹਰ
ਸਾਲ ਕੀ ਕੀਤੀ ਜਾਂਦੀ ਹੈ, ਮੀਟਿੰਗ ਹੈ ਜਿਹੜੀ ਆਪਣੀ ਕੰਡਕਟ ਹੈ ਉਹ ਕੀਤੀ ਜਾਂਦੀ ਹੈ। ਠੀਕ ਹੈ, ਤਾਂ ਇਹਦੇ ਨਾਲ ਆਪਾਂ ਨੇ ਕੀ ਕੀਤਾ ਹੈਗਾ, ਇਹਦੇ ਨਾਲ ਆਪਾਂ ਨੇ ਟੋਟਲ 7 ਜਿਹੜੀਆਂ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਨੂੰ ਡਿਸਕਸ ਹੈ ਜਿਹੜਾ ਕਰ ਲਿਆ ਹੈਗਾ। ਠੀਕ ਹੈ ਜੀ, ਥੈਂਕ ਯੂ।